ਹੁਣ ਮੈਂ ਬੇਨਤੀ ਕਰਦਾ ਪਰਮਜੀਤ ਸਿੰਘ ਜੀ ਅਕਾਲੀ ਇਹ 2 ਕੁ ਮਿੰਟ ਲਈ ਆਪਣੇ ਸੰਗਤਾਂ ਦੇ ਰੂਬਰੂ ਹੋਣਗੇ ਤੇ ਆਪਣੀਆਂ ਗੱਲਾਂ ਕਰਨਗੇ ਬਾਈ ਪਰਮਜੀਤ ਸਿੰਘ ਜੀ ਅਕਾਲੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਜਾਣਦੇ ਹੋ ਕਿ ਅੱਜ ਮੋਰਚੇ ਦਾ 15ਵਾਂ ਦਿਨ ਆ 15 ਦਿਨ ਤੋਂ ਲਗਾਤਾਰ ਡਿਬੜੂਗੜ੍ਹ ਵਿਖੇ ਬੰਦ ਸਿੰਘਾਂ ਦੇ ਪਰਿਵਾਰ ਇੱਥੇ ਭੁੱਖ ਹੜਤਾਲ ਤੇ ਨੇ ਉਹਨਾਂ ਦੀ ਸਰੀਰਕ ਹਾਲਾਤ ਜਿਨ੍ਹਾਂ ਨੂੰ ਨਹੀਂ ਪਤਾ ਦੱਸ ਦਈਏ ਕਿ ਮਾਤਾ ਜੀ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਦੀ ਜਿਹੜੀ ਸਰੀਰਕ ਹਾਲਤ ਆ ਉਹ ਦਿਨ ਬ ਦਿਨ ਨਿਗਰਦੀ ਜਾ ਰਹੀ ਆ ਪਰਸੋਂ ਵੀ ਤੁਸੀਂ ਦੇਖਿਆ ਹੋਊਗਾ ਇੰਟਰਨੈਟ ਤੇ ਨੌਜਵਾਨਾਂ ਨੇ ਪਾਇਆ ਸੀ ਵੀ ਉਹਨਾਂ ਦੀ ਸਰੀਰਕ ਹਾਲਤ ਕੀ ਹੈ ਤੇ ਹੁਣ ਵੀ ਅਸੀਂ ਪ੍ਰੈਸ ਕਾਨਫਰੰਸ ਕਰਨੀ ਸੀ ਤੇ ਹਾਲਾਤ ਇੱਦਾਂ ਦੇ ਨੇ ਸਰੀਰਕ ਵੀ ਇੱਥੋਂ ਉੱਠ ਕੇ ਉਸ ਬਾਹਰ ਜਗ੍ਹਾ ਤੱਕ ਜਾ ਕੇ ਗੱਲ ਕਰਨ ਦੀ ਅੰਦਰ ਤਾਕਤ ਨਹੀਂ ਹੈਗੀ ਸਰੀਰ ਦੇ ਬਾਕੀ ਵੀ ਪਰਿਵਾਰਾਂ ਦੀ ਗੱਲ ਕਰੀਏ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਗੁਰਪ੍ਰੀਤ ਸਿੰਘ ਦੇ ਜਿਹੜੇ ਸਿੰਘਣੀ ਨੇ ਉਹਨਾਂ ਨੂੰ ਵੀ ਜਿਹੜਾ ਪਰਸੋਂ ਪੈਨਿਕ ਅਟੈਕ ਆਇਆ ਸੀ ਕੱਲ ਸਾਰਾ ਦਿਨ ਉਹਨਾਂ ਨੂੰ ਐਮਰਜੈਂਸੀ ਰੱਖਣਾ ਪਿਆ ਪਰ ਫਿਰ ਵੀ ਉਹ ਉੱਥੋਂ ਥੋੜਾ ਬਹੁਤ ਇਲਾਜ ਕਰਾ ਕੇ ਤੇ ਫਿਰ ਮੋਰਚੇ 'ਚ ਆ ਕੇ ਇਸੇ ਤਰ੍ਹਾਂ ਭਾਈ ਰੌਂਕੇ ਦਾ ਪਰਿਵਾਰ ਹੈ ਮੈਂ ਤੁਹਾਡੇ ਸਾਹਮਣੇ ਇਸ ਕਰਕੇ ਹਾਜ਼ਰ ਹੋਇਆ ਕਿ ਜਿਹੜੇ ਅੱਜ ਦੇ ਸਾਡੇ ਹਾਲਾਤ ਨੇ ਜਿਹਦੇ ਵਿੱਚ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਜਿਹੜੇ ਸਾਡੇ ਸਿੰਘ ਨੇ ਉਹਨਾਂ ਨੂੰ ਜਿਹੜਾ ਪਾਣੀ ਬਾਹਰੋਂ ਜਾਂਦਾ ਸੀਗਾ ਜਿਹੜਾ ਪਰਮਿਸ਼ਨ ਲੈ ਕੇ ਸਰਕਾਰ ਦੀ ਪਾਣੀ ਜਿਹੜਾ ਪ੍ਰੋਵਾਈਡ ਕਰਾਇਆ ਜਾਂਦਾ ਸੀਗਾ ਅੱਜ ਸਰਕਾਰ ਨੇ ਉਹ ਅੰਦਰ ਪਾਣੀ ਵੀ ਜਿਹੜਾ ਜਾਣਾ ਬੰਦ ਕਰ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਦੇ ਸਿੰਘਣੀ ਦੇ ਵੱਲੋਂ ਜਿਹੜਾ ਉੱਥੇ ਪਾਣੀ ਪਹੁੰਚਾਇਆ ਜਾਂਦਾ ਸੀ ਕਿਉਂਕਿ ਉਦੋਂ ਤੋਂ ਹੀ ਉਹ ਉੱਥੇ ਡਟੇ ਹੋਏ ਨੇ ਜਦੋਂ ਦੇ ਸਿੰਘ ਜਿਹੜੇ ਨੇ ਬੰਦ ਨੇ ਉੱਥੇ ਤੇ ਅੱਜ ਉਹਨਾਂ ਨੇ ਜੇਲ੍ਹ ਦੇ ਵਿੱਚ ਉਹ ਪਾਣੀ ਵੀ ਨਹੀਂ ਜਾਣ ਦਿੱਤਾ ਟੈਲੀਫੋਨ ਦੀ ਸੁਵਿਧਾ ਸੀ ਟੈਲੀਫੋਨ ਉਹਨਾਂ ਨੂੰ ਮਿਲਦਾ ਸੀ ਕਰਨ ਵਾਸਤੇ ਉੱਥੋਂ ਦੇ ਹਾਲਾਤ ਦੱਸਣ ਦੇ ਬਾਰੇ 3 ਦਿਨ ਹੋ ਗਏ ਉਹਨਾਂ ਦਾ ਜਿਹੜਾ ਫੋਨ ਦੀ ਉਹ ਸੁਵਿਧਾ ਉਹ ਖੋ ਲਈ ਗਈ ਆ ਹੁਣ ਸਿੰਘ ਫੋਨ ਦਾ ਕਰਕੇ ਪਰਿਵਾਰਾਂ ਨੂੰ ਆਪਣੇ ਉੱਥੋਂ ਦੇ ਹਾਲਾਤ ਨਹੀਂ ਦੱਸ ਸਕਦੇ ਇਸ ਤਰੀਕੇ ਦੇ ਨਾਲ ਜਿਹੜੀ ਸਰਕਾਰ ਆ ਉਹ ਜ਼ਬਰ ਕਰ ਰਹੀ ਆ ਨਾ ਤਾਂ ਉਹ ਇਹ ਚਾਹੁੰਦੇ ਨੇ ਕਿ ਸਾਡੇ ਸਿੰਘ ਪੰਜਾਬ ਆ ਸਕਣ ਨਾ ਉਹ ਇਹ ਚਾਹੁੰਦੇ ਨੇ ਕਿ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਆਪਾਂ ਇੱਥੇ ਬੈਠੇ ਹਾਂ ਪਰਿਵਾਰ ਬੈਠੇ ਨੇ ਦ੍ਰਿੜਤਾ ਦੇ ਨਾਲ ਗੁਰੂ ਤੇ ਭਰੋਸਾ ਰੱਖ ਕੇ ਕਿ ਮਹਾਰਾਜ ਕਿਰਪਾ ਕਰਨਗੇ ਤੇ ਜਿਸ ਕਾਰਨ ਬਸ ਆਪਾਂ ਮੋਰਚਾ ਲਾਇਆ ਆਪਾਂ ਜਿੱਤਾਂਗੇ ਪਰ ਕੁਝ ਚੀਜ਼ਾਂ ਸਾਨੂੰ ਆਪ ਵਿਚਾਰਨੀਆਂ ਪੈਣੀਆਂ ਨੇ ਕਿਉਂਕਿ ਮਾਵਾਂ ਦੇ ਵੱਲੋਂ ਬਾਪੂ ਜੀ ਹੁਣਾਂ ਵੱਲੋਂ ਪਰਿਵਾਰਾਂ ਵੱਲੋਂ ਬੜੀ ਵਾਰ ਸੰਗਤਾਂ ਨੂੰ ਅਪੀਲਾਂ ਕੀਤੀਆਂ ਗਈਆਂ ਨੇ ਕੀਤੀਆਂ ਜਾ ਰਹੀਆਂ ਨੇ ਕਿ ਸਾਡਾ ਸਾਥ ਦਿਓ ਸਾਡਾ ਸਹਿਯੋਗ ਕਰੋ ਆਪਾਂ ਇਸ ਮੋਰਚੇ ਨੂੰ ਹੋਰ ਉੱਚਾ ਤੇ ਵੱਡਾ ਲੈ ਕੇ ਚੱਲੀਏ ਤਾਂ ਕਿ ਸਮੇਂ ਦੀਆਂ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਜਾਵੇ ਪਤਾ ਸਰਕਾਰਾਂ ਨੂੰ ਸਾਰਾ ਕੁਛ ਹੀ ਆ ਇੰਟੈਲੀਜੈਂਸੀਆਂ CID ਕੱਲੇ ਮਿੰਟ ਦੀ ਗੱਲ ਇੱਥੋਂ ਸਰਕਾਰਾਂ ਤੱਕ ਪਹੁੰਚਾ ਰਹੀਆਂ ਨੇ ਕਿ ਹਾਲਾਤ ਨੇ ਪਰਿਵਾਰਾਂ ਦੇ ਕੀ ਹਾਲਾਤ ਨੇ ਸਿੰਘਾਂ ਦੇ ਕੀ ਹਾਲਾਤ ਨੇ ਪਰ ਉਹਦੇ ਬਾਵਜੂਦ ਸਰਕਾਰਾਂ ਦੇ ਕੰਨਾਂ ਤੇ ਜਿਹੜੀ ਜੂੰ ਆ ਉਹ ਨਹੀਂ ਰੇਂਗ ਰਹੀ ਕਿਉਂਕਿ ਉਹਨਾਂ ਨੂੰ ਕੀ ਲੱਗੇ ਸਿੱਖ ਮਰਦੇ ਨੇ ਤੇ ਮਰਨ ਭਾਵੇਂ ਉਹ ਸਿੱਖ ਗੋਲੀਆਂ ਦੇ ਨਾਲ ਮਾਰੇ ਜਾਣ ਤੇ ਭਾਵੇਂ ਉਹ ਸਿੱਖ ਭੁੱਖੇ ਰਹਿ ਕੇ ਮਰਨ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਫਰਕ ਪੈ ਸਕਦਾ ਜੇ ਅਸੀਂ ਸਾਰੇ ਹੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਇਆ ਇਸ ਮੋਰਚੇ ਦਾ ਇਹਨਾਂ ਪਰਿਵਾਰਾਂ ਦਾ ਸਾਥ ਦਈਏ ਕੋਈ ਨਿੱਜੀ ਕਾਰਜ ਕਰਕੇ ਕਿਸੇ ਨਿੱਜੀ ਕਾਰਨ ਕਰਕੇ ਉਹ ਡਿਬੜੂਗੜ੍ਹ ਨਹੀਂ ਬੈਠੇ ਹੋਏ ਉਹ ਬੈਠੇ ਨੇ ਪੰਥ ਦੀ ਗੱਲ ਕਰਦੇ ਸੀ ਕੌਮ ਦੀ ਗੱਲ ਕਰਦੇ ਸੀ ਕੌਮ ਦੇ ਨਾਲ ਹੋ ਰਹੇ ਧੱਕੇ ਦੀ ਗੱਲ ਕਰਦੇ ਸੀ ਅਮਰ ਸੰਚਾਰ ਕਰਦੇ ਸੀ ਨਸ਼ਾ ਛਡਾਉਂਦੇ ਸੀ ਤੇ ਇਹ ਕੋਈ ਜੁਰਮ ਨਹੀਂ ਇਹ ਹਰ ਇੱਕ ਧਰਮ ਦਾ ਜਿਹੜਾ ਵਾ ਉਹ ਆਪੋ ਆਪਣਾ ਫਰਜ਼ ਹੁੰਦਾ ਆਪਣੇ ਪ੍ਰਚਾਰ ਕਰਨ ਦਾ ਪਰ ਇੱਥੇ ਹਾਲਾਤ ਕੁਛ ਹੋਰ ਨੇ ਤੇ ਉਹ ਹਾਲਾਤ ਤੁਹਾਡੇ ਸਾਹਮਣੇ ਨੇ ਬਾਅਦ ਦੇ ਵਿੱਚ ਕੋਈ ਫਾਇਦਾ ਨਹੀਂ ਸਾਡਾ ਵਰਸ਼ੀਆਂ ਮਨਾਉਣ ਦਾ ਫਿਰ ਵੱਡੇ ਵੱਡੇ ਇਕੱਠ ਨਾ ਕਰੀਏ ਜੇ ਅਸੀਂ ਹੁਣ ਨਾਲ ਨਹੀਂ ਤੁਰਨਾ ਫਿਰ ਕੀ ਫਾਇਦਾ ਸਾਡੇ ਇਕੱਠ ਕਰਨ ਦਾ ਕਿੰਨੇ ਵੇਖਣਾ ਬਾਅਦ ਤੁਹਾਡੇ ਉਹਨਾਂ ਇਕੱਠਾਂ ਨੂੰ ਜੇ ਅਸੀਂ ਅੱਜ ਜਿਉਂਦੇ ਜੀ ਉਹਨਾਂ ਦੇ ਜਾਗਦੇ ਹੋਏ ਹਾਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਹਾਲਾਤਾਂ ਦਾ ਜਿਹੜਾ ਮੁਕਾਬਲਾ ਕਰ ਰਹੇ ਨੇ ਅਸੀਂ ਨਾਲ ਨਹੀਂ ਖੜਦੇ ਤੇ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਸੰਪਰਦਾਵਾਂ ਸੰਸਥਾਵਾਂ ਸਹਿਯੋਗ ਕੀਤਾ ਕਰ ਰਹੀਆਂ ਨੇ ਉਹਨਾਂ ਦਾ ਧੰਨਵਾਦ ਆ ਫਰਜ਼ ਬਣਦਾ ਸੀ ਉਹਨਾਂ ਆਪਣਾ ਫਰਜ਼ ਪੂਰਾ ਕੀਤਾ ਪਰ ਹੁਣ ਵੱਡਾ ਫਰਜ਼ ਬਣਦਾ ਸੰਗਤ ਦਾ ਵੀ ਆਪਾਂ ਇੱਥੇ ਇਸ ਤਰੀਕੇ ਨਾਲ 200-400 ਦੀ ਗਿਣਤੀ ਲੈ ਕੇ ਨਾ ਬਈਏ ਇੱਥੇ ਸਾਡੀ ਗਿਣਤੀ ਹਜ਼ਾਰਾਂ 'ਚ ਹੋਣੀ ਚਾਹੀਦੀ ਆ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਉਹ ਨੌਜਵਾਨ ਭੈਣ ਭਰਾ ਜਿਹੜੇ ਸਾਡੇ ਵੀਰ ਜੇ ਪਰਿਵਾਰ ਇੱਥੇ ਬੈਠੇ ਨੇ
ਸਾਰਿਆਂ ਨੂੰ ਆਪਾਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਚਾਹੁੰਦੇ ਉਹਨਾਂ ਦਾ। ਬੇਸ਼ੱਕ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਜੀ ਵੱਲੋਂ ਇਹ ਕਿਹਾ ਜਾ ਰਿਹਾ ਬਾਰ ਬਾਰ ਕਿ ਅਸੀਂ ਮੋਰਚੇ ਦੇ ਨਾਲ ਹਾਂ ਤੇ ਉਹਨਾਂ ਦੇ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਆ, ਪਰ ਮੇਰੀ ਬੇਨਤੀ ਇਹੀ ਆ ਵੀ ਕਮੇਟੀਆਂ ਤਾਂ ਬਣਾਈਆਂ ਤਾਂ ਜਾਣ ਜੀ ਅਸੀਂ ਲੈ ਕੇ ਚੱਲੀਏ ਵੀ ਮੋਰਚਾ ਬਹੁਤ ਲੰਮਾ ਚੱਲਣਾ। ਸਾਡੇ ਕੋਲ ਤਾਂ ਸਮਾਂ ਹੀ ਨਹੀਂ ਹੈਗਾ ਇੰਨਾ ਵੀ ਦਿਨ ਬਾ ਦਿਨ ਜਿਹੜਾ ਉਹ ਸਮਾਂ ਉਹ ਨਿਗਰਦਾ ਜਾਂਦਾ, ਸਿੰਘਾਂ ਦੀ ਹਾਲਾਤ ਨਿਗਰਦੇ ਜਾਂਦੇ ਨੇ, ਪਲ ਦੋ ਪਲ ਬਾਅਦ ਪਤਾ ਨਹੀਂ ਕਿੱਦਾਂ ਦਾ ਸੁਨੇਹਾ ਆ ਜਾਣਾ, ਇਹ ਮਨ ਦੇ ਵਿੱਚ ਡਰ ਆ ਤੇ ਕਮੇਟੀਆਂ ਕੀ ਕਰਨਗੀਆਂ। ਹਾਲਾਤ ਤਾਂ ਇਹ ਹੋਣੇ ਚਾਹੀਦੇ ਨੇ, ਹੁਕਮ ਹੋਣਾ ਚਾਹੀਦਾ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਦੇ ਵੱਲੋਂ, ਇਸ ਸਰਕਾਰ ਨੂੰ ਤਖਤ ਸਾਹਿਬ ਵੱਲੋਂ ਹੁਕਮ ਹੋਵੇ ਵੀ ਸਾਡੇ ਜਿਹੜੇ ਬੇਕਸੂਰ ਨੌਜਵਾਨ ਨੇ ਇਹਨਾਂ ਨੂੰ ਬਿਨਾਂ ਦੇਰੀ ਕੀਤਿਆਂ ਰਿਹਾਅ ਕਰਕੇ ਪੰਜਾਬ ਲਿਆਂਦਾ ਜਾਵੇ। ਜੇ ਉਹਨਾਂ ਨੇ ਪੰਜਾਬ 'ਚ ਕੋਈ ਜੁਰਮ ਤੁਹਾਡੇ ਹਿਸਾਬ ਨਾਲ ਕੀਤਾ ਤੇ ਉਹਦਾ ਜਿਹੜਾ ਬਣਦਾ ਪੈਰਵਾਈ ਉਹ ਕੀਤੀ ਜਾਵੇ, ਪਰ ਇੱਥੇ ਹੁਕਮ ਕਰਨ ਦੀ ਜਗ੍ਹਾ 'ਤੇ ਅਸੀਂ ਅਪੀਲਾਂ ਕਰਾਂਗੇ ਤੇ ਅਪੀਲਾਂ ਦਾ ਅਸਰ ਨਹੀਂ ਹੁੰਦਾ ਹੁੰਦਾ। ਅਪੀਲਾਂ ਤਾਂ ਅਪੀਲਾਂ ਹੁੰਦੀਆਂ ਨੇ, ਉਹ ਕਿਸੇ ਦੀ ਮਰਜ਼ੀ ਆ ਤੁਹਾਡੀ, ਕੋਈ ਅਪੀਲ ਮੰਨੇ ਕਿ ਨਾ ਮੰਨੇ, ਪਰ ਉਸ ਰੁਤਬੇ ਨੂੰ ਜੀ ਅਸੀਂ ਕਾਇਮ ਰੱਖਣਾ ਚਾਹੁੰਦੇ ਹਾਂ, ਉਸ ਰੁਤਬੇ ਦਾ ਸਤਿਕਾਰ ਚਾਹੁੰਦੇ ਹਾਂ ਕਿ ਬਰਕਰਾਰ ਰਹੇ ਤੇ ਫਿਰ ਪੰਥ ਨੂੰ ਵੀ ਹੁਕਮ ਕੀਤਾ ਜਾਵੇ ਤੇ ਇਹਨਾਂ ਸਰਕਾਰਾਂ ਨੂੰ ਵੀ ਹੁਕਮ ਕੀਤਾ ਜਾਵੇ। ਤਖਤ ਅਕਾਲ ਦਾ ਹੈ, ਇਸ ਅਕਾਲ ਦੇ ਤਖਤ ਤੋਂ ਹੁਕਮ ਜਾਰੀ ਹੁੰਦੇ ਹੁੰਦੇ ਸਨ, ਅਪੀਲਾਂ ਨਹੀਂ। ਸੋ ਮਹਾਰਾਜ ਕਿਰਪਾ ਕਰਨ, ਬਾਕੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਸ ਤਰ੍ਹਾਂ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ, ਨੌਜਵਾਨ ਖਾਸ ਕਰਕੇ ਬੜੇ ਉਤਸ਼ਾਹ ਦਿਖਾ ਰਹੇ ਹੋ, ਸਾਰੇ ਹੀ ਆਪਾਂ ਆਪਣੇ ਇਲਾਕਿਆਂ ਦੇ ਵਿੱਚ ਸੰਗਤਾਂ ਨੂੰ ਬੇਨਤੀ ਕਰਕੇ ਆਪਾਂ ਵੱਡੇ ਪੱਧਰ 'ਤੇ ਸੰਗਤਾਂ ਦਾ ਇੱਥੇ ਇਕੱਠ ਕਰਕੇ ਪਰਿਵਾਰਾਂ ਦਾ ਸਾਥ ਦਈਏ ਤਾਂ ਕਿ ਜੋ ਕਾਰਜ ਜਪ ਵਾਸਤੇ ਤੇ ਬੈਠੇ ਹਾਂ ਉਹ ਕਾਰਜ ਆਪਾਂ ਸਫਲ ਹੋ ਸਕੀਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆ ਬਾਈ ਜੀ ਦਾ, ਜਿਨ੍ਹਾਂ ਨੇ ਸਾਨੂੰ ਹਾਲਾਤਾਂ ਤੋਂ ਜਾਣੂ ਕਰਵਾਇਆ। ਆਪਾਂ ਬਾਈ ਜੀ ਜਿਵੇਂ ਹੁਣ ਗੱਲ ਕਰਕੇ ਗਏ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ, ਸਾਡੇ ਅਕਾਲ ਤਖਤ ਸਾਹਿਬ ਦੇ ਪੰਜਵੇਂ ਜਥੇਦਾਰ ਹੋਏ ਨੇ ਬਾਬਾ ਹਨੂੰਮਾਨ ਸਿੰਘ ਜੀ ਅਤੇ ਛੇਵੇਂ ਬਾਬਾ ਅਕਾਲੀ ਫੁੱਲਾ ਸਿੰਘ ਜੀ ਅਤੇ ਸੱਤਵੇਂ ਸਰਦਾਰ ਜੱਸਾ ਸਿੰਘ ਜੀ। ਉਹਨਾਂ ਨੂੰ ਅਸੀਂ ਕਿਉਂ ਯਾਦ ਕਰਦੇ ਹਾਂ ਨਾ, ਕਿਉਂਕਿ ਉਹਨਾਂ ਕੋਲ ਇੱਕ ਕਿਰਦਾਰ ਸੀ, ਉਹਨਾਂ ਦੀ ਨਿੱਜ ਨਹੀਂ ਸੀ ਪਿਆਰੀ। ਸਾਡੀ ਜਿਹੜੀ ਸਿੱਖੀ ਹੈ ਇਹ ਕਿਰਦਾਰ 'ਤੇ ਹੀ ਟਿਕੀ ਹੈ, ਇਹਦੀ ਹੋਰ ਕੋਈ ਨੀਂਹ ਨਹੀਂ ਹੁੰਦੀ। ਬਾਬੇ ਨਾਨਕ ਨੇ ਨਾ ਇੱਕ ਕਿਰਦਾਰ ਦੇ ਉੱਤੇ ਸਿੱਖੀ ਟਿਕਾਈ ਹੈ ਅਤੇ ਦਸਵੇਂ ਪਾਤਸ਼ਾਹੀਆਂ ਤੱਕ ਆਉਂਦੇ ਆਉਂਦੀ ਇਹ ਮਹਿਲ ਬਣ ਗਿਆ, ਪਰ ਇਹਦੀ ਨੀਂਹ ਕਿਰਦਾਰ ਹੈ। ਕਿਰਦਾਰ ਭਾਵ ਕਿ ਇਖਲਾਕ, ਸਿੱਖਾਂ ਦਾ ਇਖਲਾਕ। ਕਿਸੇ ਬੰਦੇ ਦਾ ਇਖਲਾਕ ਕੀ ਹੁੰਦਾ ਜਾਂ ਇਖਲਾਕੀ ਬੰਦਾ ਕੀ ਹੁੰਦਾ? ਦੇਖੋ ਛੋਟੀ ਬੁੱਧੀ ਹੈ, ਨਾ ਸਹੀ ਹੋਵੇ ਤਾਂ ਭਾਈ ਛੋਟਾ ਭਾਈ ਜਾਣ ਕੇ ਮਾਫ ਕਰਿਓ। ਇਖਲਾਕ ਉਹ ਹੁੰਦਾ ਹੈ ਕਿ ਕੋਈ ਇੱਕ ਬੰਦਾ ਖੜਾ ਹੈ ਤੇ ਉਹਦੇ ਸਾਹਮਣੇ ਉਹਦਾ ਦੁਸ਼ਮਣ ਕਹੇ ਕਿ ਹੈ ਤਾਂ ਇਹ ਮੇਰਾ ਦੁਸ਼ਮਣ, ਮੈਂ ਇਹਨੂੰ ਮਾਰਨਾ ਹੈ, ਪਰ ਬੰਦਾ ਨਹੀਂ ਇਹਨੇ ਵਰਗਾ ਵੇਖਿਆ, ਉਹ ਹੁੰਦਾ ਇਖਲਾਕ। ਜੇ ਤੁਹਾਨੂੰ ਤੁਹਾਡਾ ਦੁਸ਼ਮਣ ਇਹ ਗੱਲ ਕਹਿੰਦਾ ਤਾਂ ਸਮਝ ਲਓ ਤੁਹਾਡੇ ਦੇ ਤੁਹਾਡੇ ਪੱਲੇ ਇਖਲਾਕ ਹੈ ਅੱਜ, ਤੇ ਉਹ ਇਖਲਾਕ ਸਾਨੂੰ ਮਿਲਦਾ ਗੁਰਬਾਣੀ ਤੋਂ। ਪੰਜ ਬਾਣੀਆਂ ਤਾਂ ਸਾਨੂੰ ਬਿਲਕੁਲ ਜ਼ਰੂਰੀ ਹੈ, ਬਾਕੀ ਇੱਕ ਪੰਜ ਬਾਣੀਆਂ ਤੋਂ ਗੱਲ ਯਾਦ ਆਈ, ਦਸਮ ਬਾਣੀ। ਦਸਮ ਬਾਣੀ ਸਿੱਖ ਲਈ ਇੰਨੀ ਕੁ ਜ਼ਰੂਰੀ ਹੈ ਜਿਵੇਂ ਆਪਾਂ ਕਹਿ ਦਈਏ ਵੀ ਇਕੱਲੀ ਰੋਟੀ ਨਹੀਂ ਖਾਧੀ ਜਾਂਦੀ, ਨਾਲ ਦਾਲ ਜਾਂ ਚਾਰ ਜਾਂ ਚਟਨੀ ਭਾਵੇਂ ਨੂਣ ਲਾਓ ਪਰ ਕੁਛ ਖਾਣਾ ਪਊਗਾ। ਇਕੱਲੀ ਰੋਟੀ ਬਹੁਤਾ ਚਿਰ ਬੰਦਾ ਨਹੀਂ ਖਾ ਸਕਦਾ। ਦਸਮ ਬਾਣੀ ਆਪਣੇ ਘਰਾਂ ਵਿੱਚ ਲਿਆਓ, ਟੀਕੇ ਮਿਲ ਜਾਂਦੇ ਹੈ, ਪੋਥੀਆਂ ਮਿਲ ਜਾਂਦੀਆਂ, ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਭਾਵੇਂ ਨਾ ਵੀ ਪੜ੍ਹੋ। ਮੈਂ ਇੱਕ ਗੱਲ ਮੰਨਦਾ, ਤੁਸੀਂ ਬਿਲਕੁਲ ਨਾ ਪੜ੍ਹੋ, ਤੁਸੀਂ ਆਪਣੇ ਘਰੇ ਚੰਗੀਆਂ ਕਿਤਾਬਾਂ, ਦਸਮ ਬਾਣੀ, ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਲਿਆ ਕੇ ਰੱਖੋ, ਤੁਸੀਂ ਨਾ ਪੜ੍ਹੋ। ਤੁਹਾਡੀ ਆਉਣ ਵਾਲੀ ਪੀੜ੍ਹੀ, ਉਦੋਂ ਅਗਲੀ ਆਉਣ ਵਾਲੀ ਪੀੜ੍ਹੀ, ਜੇ ਤੁਹਾਡੀਆਂ ਪੰਜ ਪੀੜ੍ਹੀਆਂ 'ਚੋਂ ਕੋਈ ਇੱਕ ਬੰਦਾ ਵੀ ਪੜ੍ਹ ਗਿਆ ਨਾ, ਤਾਂ ਉਹ ਸ੍ਰਿਸ਼ਟੀ ਦੇ ਉੱਤੇ ਜਿਹਨੂੰ ਆਪਾਂ
कह दें कि चेंज बदला इनकलाब वो लिया दूंगा। पांच पीढ़ियां भी टप गई किताबा थोड़े घरे पड़ियां होनियां जरूरी है, पर जदों कोई पढ़ूगा वो सोचूगा कि असी की सी ते अज की है। इस दे नाल ही मैं अगले बुलाए भाई साहब गुरप्रीत सिंह जी जिउण वाला भाई गुरप्रीत सिंह जी जिउण वाला मैं उन्होंने बेनती करदा है कि पंज क मिनट का समय समय की निजागत रखियो बुलारिया नूं मेरी बेनती है। चलो ओ पत्रकारां नाल खड़े ने भाई अगले बुलारे पंजाब सिंह जी सुल्तान विंड सरदार पंजाब सिंह जी सुल्तान विंड तो बेनती है जी पांच क मिनट का समा क्योंकि समय के रहना सिख का पहला फर्ज है। आप सवेरे भी गल की सी जे समय तो बाहर हो तो तुसी सिखी कमाउण दे राह ते नहीं तुरे, जे सिखी दे राह ते तुरना तो पहला समय के पाबंद होना सीखो। अगली गल बाबा जी करनी। वाहिगुरु गुरु की संगत सब तो पहला फतेह अर्ज करांगा, कोई भी रसना वांझी ना रहे, सारिया संगतां गज के फतेह बुलाओ, वाहिगुरु जी का खालसा वाहिगुरु जी की फतेह। सो गुरमुख प्यारियो वीर जी हुणा ने समय की पाबंदी दसी है, विचारा जे करिए विचारा तो बहुत ने करन वालियां, पर कुछ क समय दे विच ही जिहड़ा समा वीर जी ने दिता उस समय दे विच रहिंदिआं अपनी गल कह के समाप्ति करांगा। सो गुरमुख प्यारियो जिहड़ी जालम हुकूमत है ये अज नहीं, ये किते लंबे समय तो ही जुलम जिहड़ा ये साडे ते हुंदा आ रिहा है। जे भाई जगतार सिंह हवारे हुणी उन्हां दे साथी लंबे समय तो वेखो 30-30 साल तकरीबन बीत के जेलां दे विच बंद ने, ते सरकार उन्हां नूं छड्ड नहीं रही, उत्तों साडे होर नवें आ जत्था उन्हां वर्गा ही भाई जगतार सिंह हवारे होणा वर्गा इन्हां नूं चक के जिहड़ी पंजाब तों बाहरलियां जेलां दे विच बंद कर दिता। इन्हां शेरां तों डर लगदा इस जालम हुकूमत नूं कि किते पंजाब दे विच रहिंदिआं बाहर ना आ जाण। बाकी जिहड़े साडे परिवार अज इस मोर्चे विच भुख हड़तालां ते बैठे ने, जिन्नियां मेरियां भैणां मेरियां मावां होर सत्कारयोग जिहड़ी संगत अज दे इस मोर्चे विच बैठी है उसने छोटी जी गल दसनी करांगा। मीर मनू दे वेले जदों भैणां सवा सवा मन पीसन पीस के जेलां कट्टियां, जिन्हां भैणां ने बच्चियां दे टोटे करवा के गलां विच पवाए, उन्हां भैणां दे विच इक भैण सी जिहदा बच्चा छोटा जिहा कोई 6-7 महीने दा बच्चा, ते जेल भी उह कट रही सी भैण। हुण खन्नी खन्नी रोटी मिलदी आ ते सारी दिहाड़ी सावा मान पीसन पीस के, ते जदों तकाला पै जांदियां ते रहरा साहब करके कीर्तन सोलाई दा पाठ करके अकाल पुरख वाहिगुरु दा शुकराना करदी उह भैण। सतगुरु अज दा दिन सुखां दा बतीत होया है, गरीब नवाज रहण आई है सुखां दी बतीत करवाउणी। वेखो जिगरा उस भैण दा किड्डा जुल्म हो रहा है, खन्नी रोटी मिलनी है सारी दिहाड़ी दे विच, ते रात नूं सौण लग्या फिर उस अकाल पुरख वाहिगुरु दा शुकराना कर रही है कि सतगुरु अज दा दिन सुखां दा बतीत होया है ते रहण आई सुखां दी बतीत कराए। हुण जिहड़े सिपाही उन्हां दी निगरानी विच उत्थे बैठे सन उन्हां ने उस भैण नूं वेख्या कि इह इन्ना दुख इन्हू इन्ना जुल्म दे कर रहे इहदे उत्ते, इह जुल्म सह के भी उस अकाल पुरख दा शुकराना कर रही है कि सुखां दा दिन बीतिया ते रात सुखां दी बीत जाए।
उन्होंने जाके बादशाह नूं दस्या कि एक बीबिया जी का बच्चा छोटा जिहा इवें करदी आ किस अकाल पुरख दे अगे अरदास करदी आ कि दिन सुखां दा बीत गया ते रैण आई है सुखां दी बीत जाए। बादशाह बहुत गर्म होया कि इन्ना जुल्म कीता ते फिर भी उन्होंने बादशाह ने हुक्म कीता कि उहदी जिहड़ी खन्नी रोटी दिंदी उह भी बंद कर दिओ। ਉਹ ਰੋਟੀ ਵੀ ਬੰਦ ਕਰ ਦਿੱਤੀ ਪਰ ਆ ਉਸ ਭੈਣ ਨੇ ਉਹ ਫਿਰ ਵੀ ਜਿਹੜੀ ਅਰਦਾਸ ਸੀ ਅਕਾਲ ਪੁਰਖ ਦੇ ਅੱਗੇ ਉਵੇਂ ਕਰਦੀ ਸੀ। ਫਿਰ ਸਿਪਾਹੀਆਂ ਨੇ ਦੱਸਿਆ ਬਾਦਸ਼ਾਹ ਨੂੰ ਕਿ ਉਹ ਰੋਟੀ ਨਾ ਖਾ ਕੇ ਵੀ ਉਸ ਅਕਾਲ ਪੁਰਖ ਦਾ ਸ਼ੁਕਰ ਕਰ ਰਹੀ ਹੈ। ਅੱਜ ਵੀ ਸਾਡੀਆਂ ਭੈਣਾਂ ਬਿਨਾਂ ਰੋਟੀ ਤੋਂ ਬੈਠੀਆਂ ਨੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੀਆਂ ਨੇ ਤੇ ਮੈਂ ਜ਼ਾਲਮ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜ਼ਾਲਮ ਸਰਕਾਰੇ ਨਾ ਸਾਡਾ ਸਬਰ ਪਰਖ ਕਿਤੇ ਸਾਡੇ ਸਬਰ ਦਾ ਬੰਨ ਟੁੱਟ ਗਿਆ ਫਿਰ ਔਖੀ ਹੋਵੇਗੀ ਜ਼ਾਲਮ ਸਰਕਾਰੇ। ਸੋ ਗੁਰਮੁਖੋ ਉਸ ਭੈਣ ਦੀ ਗੱਲ ਕਰ ਰਹੇ ਸਾਂ। ਫਿਰ ਉਸ ਜਦੋਂ ਸਿਪਾਹੀਆਂ ਨੇ ਜਾ ਕੇ ਬਾਦਸ਼ਾਹ ਨੂੰ ਫਿਰ ਦੱਸਿਆ ਕਿ ਰੋਟੀ ਨਾ ਖਾ ਕੇ ਵੀ ਉਹ ਸ਼ੁਕਰ ਕਰਦੀ ਹੈ ਅਕਾਲ ਪੁਰਖ ਦਾ ਤੇ ਉਹ ਆਪਣੇ ਬੱਚੇ ਨੂੰ ਦੁੱਧ ਦਿੰਦੀ ਏ, ਦੁੱਧ ਕਿੱਥੋਂ ਆਉਣਾ, ਪਰ ਫਿਰ ਵੀ ਉਹ ਆਪਣਾ ਫਿਰ ਸਜੂਰ ਪੂਰਾ ਕਰਦੀ ਉਸ ਬੱਚੇ ਨੂੰ ਆਪਣੇ ਥਣ ਨਾਲ ਜ਼ਰੂਰ ਲਾਉਂਦੀ। ਉਹ ਸਿਪਾਹੀਆਂ ਨੇ ਜਦੋਂ ਦੱਸਿਆ ਤੇ ਬਾਦਸ਼ਾਹ ਨੇ ਆਖਿਆ ਜਦੋਂ ਉਹ ਸੌਣ ਲੱਗੇ ਤੇ ਉਹਦੀ ਛਾਤੀ ਦੇ ਉੱਤੇ ਇੱਕ ਭਾਰਾ ਪੱਥਰ ਰੱਖ ਲਿਆ ਕਰੋ, ਵੱਡਾ ਪੱਥਰ ਰੱਖ ਲਿਆ ਕਰੋ, ਇੱਕ ਤੇ ਉਹ ਆਪਣੇ ਬੱਚੇ ਨੂੰ ਦੁੱਧ ਨਾ ਦੇ ਸਕੇ ਤੇ ਰਾਤ ਵੀ ਔਖੀ ਕੱਟੇ। ਉਹਨਾਂ ਨੇ ਐਵੇਂ ਕੀਤਾ ਤੇ ਜਦੋਂ ਉਸ ਭੈਣ ਦੇ ਛਾਤੀ ਤੇ ਪੱਥਰ ਰੱਖ ਦਿੱਤਾ ਰਾਤ ਸੌਣ ਲੱਗਿਆ ਉਹ ਉਸ ਪੱਥਰ ਦੇ ਨਾਲ ਇਸੇ ਤਰ੍ਹਾਂ ਹੀ ਸੁੱਤੀ ਰਹੀ। ਦਿਨ ਚੜਿਆ ਅਰਦਾਸ ਕਰਦੀ ਏ ਸਤਿਗੁਰੂ ਸੱਚੇ ਪਾਤਸ਼ਾਹ ਰਹਿਣ ਸੁੱਖਾਂ ਦੀ ਬਤੀਤ ਹੋਈ ਹੈ, ਦਿਨ ਆਇਆ ਹੈ ਸੁੱਖਾਂ ਦਾ ਬਤੀਤ ਕਰਾਇਓ। ਸੋ ਇੰਨੀਆਂ ਸਿਦਕੀ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਤੇ ਜ਼ਾਲਮ ਸਰਕਾਰੇ ਤੇਰਾ ਇਹ ਜ਼ੁਲਮ ਕੁਝ ਵੀ ਨਹੀਂ ਹੂੰ, ਪਰ ਜੇ ਤੂੰ ਅੱਜ ਸਾਡੇ ਉੱਤੇ ਇੰਨਾ ਜ਼ੁਲਮ ਕਰਕੇ ਖੁਸ਼ੀ ਮਨਾ ਰਹੀ ਹੈ ਜ਼ਾਲਮ ਸਰਕਾਰੇ, ਸਾਡੀਆਂ ਭੈਣਾਂ ਭੁੱਖ ਨਾਲ ਮਰ ਰਹੀਆਂ ਭੈਣਾਂ ਸਾਡੀਆਂ, ਪਰ ਤੇਰੇ ਕੰਨ ਤੇ ਜੂੰ ਨਹੀਂ ਸਰਕ ਰਹੀ। ਪਰ ਮੈਂ ਸਾਡੇ ਪੰਥ ਦੇ ਵਾਰਸ ਜਿਹੜੇ ਨੇ, ਕੌਮ ਦੇ ਵਾਰਸ ਜਿਹੜੀ ਸਾਡੀ ਕੌਮ ਹੈ, ਮੈਂ ਉਹਨਾਂ ਨੂੰ ਹੱਥ ਜੋੜ ਕੇ ਅੱਜ ਇਸ ਮੰਚ ਤੋਂ ਬੇਨਤੀ ਕਰਦਾ ਹਾਂ ਕਿ ਜਿਸੋਂ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀ ਹੋਈ ਸੀ ਨਾ, ਉਦੋਂ ਸਾਰਾ ਪੰਜਾਬ ਸੜਕਾਂ ਤੇ ਆ ਗਿਆ ਸੀ ਕਿ ਸਾਡੇ ਇਸ਼ਟ ਦੀ ਬੇਦਬੀ ਹੋਈ ਹੈ, ਸਾਨੂੰ ਇਸ ਸਰਕਾਰ ਦੇ ਸਾਹਮਣੇ ਖੜ ਕੇ ਇਹ ਕਹਿਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਬੇਦਬੀ ਕੀਤੀ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ। ਪਰ ਉਹ ਬੇਦਬੀ ਕਰਨ ਵਾਲੇ ਤੇ ਅੱਜ ਤੱਕ ਵੀ ਨਹੀਂ ਫੜੇ ਗਏ ਤੇ ਜਿਨ੍ਹਾਂ ਨੇ ਨਸ਼ਿਆਂ ਤੋਂ ਰੋਕ ਕੇ ਨੌਜਵਾਨਾਂ ਨੂੰ ਤੇ ਅੰਮ੍ਰਿਤ ਛਕਾ ਕੇ ਰਹਿਤ ਬਹਿਤ ਦੇ ਧਾਰਨੀ ਬਣਾਇਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ। ਇਹ ਨੀਤੀ ਤੇਰੀ ਸਰਕਾਰੇ ਗਲਤ ਹੈ, ਐ ਨਾ ਕਰ। ਮੈਂ ਤੇ ਮੇਰਾ ਜਿਹੜਾ ਮਨ ਹੈ ਮੈਂ ਤੇ ਕਹਿੰਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਸਾਰੇ ਰਿਹਾ ਹੋਣੇ ਚਾਹੀਦੇ, ਬਾਇਜ਼ਤ ਬਰੀ ਹੋਣੇ ਚਾਹੀਦੇ ਨੇ, ਪਰ ਸਾਡੇ ਸੂਝਵਾਨ ਵੀਰਾਂ ਨੇ ਜੋ ਮਤਾ ਸਰਕਾਰ ਦੇ ਗਾੜੀ ਰੱਖਿਆ ਉਹਦੇ ਮਤੇ ਦੇ ਵਿੱਚ ਤੇ ਇਹ ਰੱਖਿਆ ਕਿ ਦਿਬੜੂਗੜ੍ਹ ਦੀਆਂ ਜੇਲ੍ਹਾਂ ਵਿੱਚੋਂ ਲੈ ਕੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਲੈ ਆਓ। ਚਲੋ ਜੇ ਮਤਾ ਪਾਇਆ, ਜੇ ਸੂਝਵਾਨ ਵੀਰਾਂ ਨੇ ਕੋਈ ਸੋਚ ਸਮਝ ਕੇ ਪਾਇਆ ਹੋਊਗਾ। ਮੈਂ ਸਰਕਾਰ ਨੂੰ ਅਜੇ ਬੇਨਤੀ ਕਰਦਾ ਕਿ ਸਾਡੇ ਇਹਨਾਂ ਵੀਰਾਂ ਨੇ ਜੋ ਮਤਾ ਪਾਇਆ ਉਸ ਮਤੇ ਤੇ ਹੀ ਗੌਰ ਕਰ ਲਾ ਸਰਕਾਰੇ, ਕਿਤੇ ਇਹ ਨਾ ਹੋਵੇ ਕਿ ਇੱਕ ਅੰਮ੍ਰਿਤਪਾਲ ਤੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਘਰ ਘਰ ਅੰਮ੍ਰਿਤਪਾਲ ਜੰਮ ਪੈਣ ਤੇ ਹੋ ਜਾਣਾ ਵਾ, ਇਹ ਹੋਊਗਾ ਜ਼ਰੂਰ। ਸਤਿ ਸ੍ਰੀ ਅਕਾਲ। ਇਹ ਹੋਊਗਾ ਜ਼ਰੂਰ ਜੇ ਤੂੰ ਜ਼ੁਲਮ ਆਪਣਾ ਨਾ ਰੋਕਿਆ ਤੇ ਵੇਖੀ ਸਰਕਾਰੇ ਇਹ ਜ਼ੁਲਮ ਤੇਰਾ ਰੋਕਣ ਵਾਸਤੇ ਅੰਮ੍ਰਿਤਪਾਲ ਘਰ ਘਰ ਵਿੱਚ ਜੰਮਣਗੇ ਤੇ ਤੇਰੇ ਇਸ ਜ਼ੁਲਮ ਦਾ ਬਹੁਤ ਤਕੜਾ ਜਵਾਬ ਦੇਣਗੇ। ਸੋ ਸਮਾਂ ਬਹੁਤ ਹੈ, ਬੁਲਾਰੇ ਕਾਫੀ ਨੇ, ਸਮਾਂ ਮੈਂ ਜ਼ਿਆਦਾ ਲੈ ਗਿਆ ਜਿੰਨਾ ਜੋ ਸਮਾਂ ਮੈਨੂੰ ਦਿੱਤਾ ਸੀ। ਸੋ ਇੰਨੀਆਂ ਬੇਨਤੀਆਂ ਮੇਰੀਆਂ ਸੰਗਤ ਜੀ ਕਰਿਓ ਪ੍ਰਵਾਨ। ਆਖਿਰ ਖਿਮਾ ਦਾ ਜਾਚਕ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
वाहिगुरु जी का खालसा वाहिगुरु जी की फतेह। धन्यवाद है जी बाबा पंजाब सिंह जी। अगले बुलारे मैं बेनती करांगा गुरप्रीत सिंह जी जिउण वाला। धन धन साहिब श्री गुरु ग्रंथ साहिब महाराज सच्चे पातशाह, धन धन गुरु रामदास पातशाह ते समूह संगत गुरु साडा 20 बैसबे, गुरु की संगत 21 बैसबे। संगत दे चरणा च प्रेम नाल हिरदे तो हाथ जोड़ के कोटान कोट नमस्कार। वाहिगुरु जी का खालसा वाहिगुरु जी की फतेह। सिंगो तुसी मैनू जेड़े जेड़े भरा जानते हैं, मेरी तबीयत ते मेरे बोलन का ढंग तरीका सारा जानते हैं। 2015 च सतगुरु सच्चे पातशाह जेड़ा वीर मोना बैठा आए आया सी मैं ये सच्चे पातशाह दे दर ते, ते मैं उन्हां नौजवानां नूं दसन दा मारा मैनू वड्याई नहीं आपदा पुराना जीवन दसन दी, इस करके दस दईदा भी करां मातां इहदे दर ते वरतदियां। साडे अरगे काले कां अज हंसां दे बराबर खड़ाए आ सतगुरु सच्चे पातशाह ने। यही करता वह हंस कावां तो अज भी करता, दुख भंजनी साहब दे थले अज भी इशनान करके उही निर्मलता मिलती है जिहड़ी कल मिलती सीगी। इस गुरु दे दर ते बैठे आ ते रब लगदी गल जरूर होनी चाहीदी आ। हम अवगुण भरे एक गुण नाही, अमृत छाड़ बिखे बिख खाई। माया मोह भरम भै भूले सत दारा स्यो प्रीत लगाई। एक उत्तम पंथ सुनियो गुर संगत तेह बेअंत जरम त्रास मिटाई। सच्चे पातशाह साडी किते ओ त्रास दी आ जिहड़ी अज ओ त्रास मिटनी किथे दे कदों आ ओ गुरु दे दर ते। चलो भला यह होया समा बनिया इत्थे सानू मोर्चा लाउणा पै गया क्योंकि पंजाब दे जम्मिआं नूं तां भाई नित महिमा, पर इह लोट उवें आउणा जिवें 40 साल पहलां अज तों गल होई सी। अज तों 40 साल पहलां जे उह अगले तोपां टैंक तुहाडे ते चढ़ा सकदे आ ते जिहड़े 30-30 32-32 साल जिन्हां नूं बैठिआं नूं हो चुके आ ते अज इक साल बाद जे अज असीं अमृतपाल सिंह दे पिछे खड़ के धरना लाईए साल वालिआं नाल वेख लो तुसीं किहड़ी बेईमानी करदे आ। इक मेरी गल सुन लिओ, मैं इसे दूरा संबंध आ मेरा जल्लूपुर खैड़े नाल। मैं भाई अमृतपाल सिंह नूं मिलण तों पहलां जेल कट्टी आ 40 महीने भाई गुरदीप सिंह खैड़े दे नाल मैं रहा उत्थे जेल दे अंदर। साडे वी टॉयलटां 'च लाए हुए सीगे कैमरे, जे तां मन्नणी गुरु दी दुश्मन बात करे अणहोई उहने करनिया अणहोई। जे थोड़े बच्चे जीवा करके मुंहां दे विच पाए जा सकदे आ, आपदे पुत गुरु साहिब शहीद करवा सकदे आ ते कह सकदे आ भी हमें आज्ञा नहीं थी रण की, नहीं तो मट्टी भी उड़ा सकते थे दुश्मन के चमन की। मट्टी असी भी उड़ा सकते हैं, आज्ञा हमें रामदास की चाहिए। इनको हिंदी में बताएंगे भी तुम्हारी रगों में से वो हाथ भी आएंगे जिनकी आंखों से पसीने नहीं खून की धारें निकलेंगी। एक दिन तुसी भज्जो जिथे भज्जना है, पर असी गुरु राम दे पातशाह दे चरणां चो शीश नहीं झुकना। मेरा पिंड संत जरनैल सिंह जी खालसा पिंडरालियां दे नाल पिंड है ते असी धन भगत फरीद जी दे गढ़ तों आए आ फरीदकोट तों। दिल हो मुहब्बत जिन से ही सच्चिया, जिन मन होर मुख होर से कंडे कच्चिया। ओ अज भाने अरगिआं नूं छड्ड के जां भाने नूं छड़ा लिआ, भाने नाल मेरा निजी कोई रौला नहीं गा। ओ आपदे काम करदे आ, ओ टू
कुछ नहीं आखूगा। आखना साडे अर्गियां नूं भी पंथां असीं तां गुरु के असीं गुरु दे जे खालसे आ दा सानू भी कोई नहीं गा क्योंकि सानू जदों जाप कीता जपदा ते महाराज ने आख्या ना ओहे मरहे ना ठागे जाहे जिन कै राम वसै मन माहे। जे तां तुहाडे अंदर परमात्मा दी ओह झाकी हैगी आ ते फिर असीं खड़े आ परिवार सहमति बनावे आपस विच। असीं नौजवानी कल भी सिर देण नूं तैयार सी पर जे अज इथे कोई नहीं आउंदा ना जे तुहानूं लगदा भी घट आउंदे आ ते ओह तां नहीं आउंदे कोई खण वाला नहीं दिंदा किसे नूं गां। 2015 दे असीं शुरू होए जदों सच्चे पातशाह ने मैं चिट्टा पींदा घरों आया सी तंबाकू असीं हरी के पत्तन सिट्टिया नहरां जाके ਇਹ ਸੱਚੇ ਪਾਤਸ਼ਾਹ ਨੇ ਜਦੋਂ ਗੁਰੂ ਨੂੰ ਮਿਲੇ ਤਾਂ ਸਭ ਦੋਖ ਹੀ ਗਏ ਮਹਾਰਾਜਾਂ ਦੇ ਕੁੱਲ ਹੀ ਦੋਖ। ਜੱਤ ਪਹਾਰਾ ਧੀਰ ਜੋ ਸੁਨਿਆ ਅਹਰਨ ਮਤ ਵੇਦ ਹਥਿਆਰ ਪਾਉ ਖੱਲਾ ਅਗਨ ਤਾਂ ਪਤਾਓ ਭਾਂਡਾ ਪਾਓ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਿਨਕਾਰ। ਸੱਜਣੋ ਹੋਣਾ ਉਹ ਅਜੋੜਾ ਕਰਤਾਰ ਦੇ ਹੁਕਮ ਚ। ਪਰ ਜੇ ਇੱਕ ਦਿਨ ਮੈਂ ਕਿਸੇ ਬੰਦੇ ਤੋਂ ਸੁਣੀ ਜਾਂਦਾ ਸੀ ਉਹਨੇ ਸ਼ੇਖ ਸਾਦੀ ਦੀ ਬਹੁਤ ਸੋਹਣੀ ਪਵਿੱਤਰਤਾ ਨਾਲ ਗੱਲ ਸੁਣਾਈ। ਉਹ ਕਹਿੰਦਾ ਨਾ ਵੀ ਜਿਹੜਾ ਸ਼ੇਖ ਸਾਦੀ ਸੀਗਾ ਵੀ ਉਹ ਧਾਰ ਪੈਸੇ ਲੈ ਕੇ ਵੀ ਸੰਗਤ ਤੇ ਖਰਚ ਦਿੰਦਾ ਹੁੰਦਾ ਸੀਗਾ। ਉਹਨੇ ਪੈਸੇ ਫੜਨੇ ਧਾਰ ਤੇ ਕਈ ਧਾਰ ਮੰਗਣ ਵਾਲੇ ਉਹਦੇ ਕੋਲੇ ਆਏ ਬੈਠੇ ਸੀਗੇ। ਇੱਕ ਬੱਚਾ ਆਇਆ ਤੇ ਉਹ ਮਰੁੰਡਾ ਵੇਚਦਾ ਫਿਰਦਾ ਸੀ ਉਹਨੇ ਉਹ ਵੀ ਸਿੰਘ ਨੂੰ ਕਹਿ ਕੇ ਤੇ ਵਰਤਾਤਾ ਆਪਦਿਆਂ ਨੂੰ ਸੰਗਤ ਚ ਤੇ ਉਹ ਜਦੋਂ ਬੱਚਾ ਗਾਂਹ ਹੋਇਆ ਨਾ ਜਦੋਂ ਗਾਂਹ ਹੋਇਆ ਤੇ ਉਹ ਕਹਿੰਦਾ ਬਾਬਾ ਜੀ ਸਾਡੇ ਪੈਸੇ। ਉਹ ਕਹਿੰਦਾ ਭਾਈ ਆ ਵੀ ਸਾਰੇ ਪੈਸੇ ਲੈਣ ਨੂੰ ਬੈਠੇ ਤੂੰ ਵੀ ਬਹਿ ਜਾ। ਉਹ ਬਹਿ ਗਿਆ ਤੇ ਉਹ ਰੋਣ ਲੱਗ ਪਿਆ। ਉਹ ਕਹਿੰਦਾ ਬਾਬਾ ਜੀ ਵੀ ਮੇਰੀ ਤਾਂ ਘਰੇ ਮਾਂ ਭੁੱਖੀ ਬੈਠੀ ਆ ਮੈਂ ਦੱਸੋ ਵੀ ਕੀ ਕਰੂੰਗਾ ਮੈਨੂੰ ਤਾਂ ਪੈਸਿਆਂ ਦੀ ਲੋੜ ਆ ਪੈਸੇ ਦਿਓ। ਉਹਦਾ ਕੋਈ ਅਣਿਆਈ ਆਇਆ ਅਣਿਆਈ ਨੇ ਆ ਕੇ ਪੈਸੇ ਟੇਕੇ ਉਹਨੇ ਪਹਿਲਾਂ ਬੱਚੇ ਦੇ ਦਿੱਤੇ ਫਿਰ ਉਹਨਾਂ ਸਾਰਿਆਂ ਦੇ ਦਿੱਤੇ ਜਿਹੜੇ ਹੋਰ ਬੈਠੇ ਸੀ ਤੇ ਜਿਹੜਾ ਅਖੀਰਲਾ ਪ੍ਰਾਣੀ ਆਇਆ ਉਹ ਬੰਦਾ ਉਹਨੂੰ ਸ਼ੇਖ ਸਾਦੀ ਨੂੰ ਬੋਲ ਕੇ ਕਹਿੰਦਾ ਕਹਿੰਦਾ ਬਾਬਾ ਜੀ ਵੀ ਅਸੀਂ ਇੰਨਾ ਟਾਈਮ ਹੋ ਗਿਆ ਆਉਂਦਿਆਂ ਨੂੰ ਤੇ ਤੁਸੀਂ ਅੱਜ ਤਾਂ ਹੀ ਮੋੜਦੇ ਰਹੇ। ਉਹ ਕਹਿੰਦਾ ਤੁਹਾਡੇ 'ਚ ਕੋਈ ਰੋਣ ਵਾਲਾ ਹੈ ਨਹੀਂ ਸੀਗਾ ਤੁਹਾਡੇ ਕੋਈ ਰੋਣ ਵਾਲਾ ਅੱਜ ਹੈ ਨਹੀਂ ਗਾ ਜੇ ਮੂਰੇ ਪਿੱਟੋ ਪਿਓਗੇ ਮੂਰੇ ਜਾ ਕੇ ਵੀ ਸਾਡੀ ਝੋਲੀ 'ਚ ਪਾ ਮਹਾਰਾਜ ਸੱਚੇ ਪਾਤਸ਼ਾਹ ਜੇ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਨਹੀਂ ਰਹਿਣਾ ਤੁਸੀਂ ਛਡਾ ਲਓਗੇ ਜੇਲਾਂ 'ਚੋਂ ਜੇਲਾਂ ਤਬਦੀਲ ਕਰਾ ਲਓਗੇ ਪਰ ਅਣਖ ਨਹੀਂ ਰਹਿਣੀ। ਅੱਜ ਜਿਹੜੀਆਂ SCPC ਦੀਆਂ ਤੁਸੀਂ ਮਿਹਨਤਾਂ ਕਰਦੇ ਫਿਰਦੇ ਆ ਅੱਜ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਖੜਾ ਮੇਰੇ ਧੀਆਂ ਪੁੱਤ ਉਹ ਖੜੇ ਸਾਹਮਣੇ ਸੱਚੇ ਪਾਤਸ਼ਾਹ ਫੀਤਾ ਫੀਤਾ ਉੱਡ ਗਏ ਫੀਤਾ ਫੀਤਾ ਰੋਮ ਰੋਮ ਕਰਕੇ ਉੱਡ ਗਏ ਪਰ ਇਸ ਘਰ ਨਾਲ ਕਿਤੇ ਗਦਾਰੀ ਨਾ ਹੋ ਜੇ ਇਸ ਘਰ ਨਾਲ ਵਫਾ ਰਵੇ ਹਰੇਕ ਸਿੱਖ ਦੀ। ਇੱਥੋਂ ਇੱਕ ਜਦੋਂ ਇਤਿਹਾਸ ਸੁਣਦੇ ਆ ਜਸਪਤ ਲਖਪਤ ਰਾਏ ਦਾ ਸਮਾਂ ਚੱਲ ਰਿਹਾ ਇੱਕ ਮਾਂ ਦੇ ਪੁੱਤ ਨੂੰ ਲੈ ਕੇ ਆ ਰਹੀ ਆ ਉਹ ਕਹਿੰਦੇ ਬੀਬੀ ਜਾ ਮੁੜ ਜਾ ਅੱਗੇ ਪੈਰਾ ਸਖਤ ਆ। ਉਹ ਕਹਿੰਦੇ ਨਾ ਭਾਈ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਕਰਨੇ ਹੀ ਕਰਨੇ ਆ। ਉਹ ਕਹਿੰਦਾ ਬੀਬੀ ਆਪਦਾ ਤਾਂ ਤੂੰ ਨਹੀਂ ਸੋਚਦੀ ਭੋਰਾ ਜਵਾਕ ਦਾ ਹੀ ਸੋਚ ਲਾ। ਉਹ ਕਹਿੰਦੀ ਇਸੇ ਦਾ ਹੀ ਸੋਚਦੀ ਆ ਜੇ ਇੱਥੇ ਮਰ ਜੇ ਤਾਂ ਭਲਾ ਹੀ ਹੋ ਜੇ ਓਏ ਅਸੀਂ ਲੱਖਾਂ ਕਰੋੜਾਂ ਸਮੇਂ ਦਿੱਤੇ ਅੱਜ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਡੀ ਕੋਈ ਪੀਰੀ ਨਹੀਂ ਚੱਲਦੀ ਅੱਜ ਦੱਸੋ ਕਿਸੇ ਦੀ ਚੱਲਦੀ ਆ ਤਾਂ ਜਿਹੜੇ ਸਾਡੇ ਆਪਦੇ ਜਰਨੈਲ ਆ ਕੌਮੀ ਉਹਨਾਂ ਦੇ ਤਾਂ ਛਿੱਤਰ ਪਈ ਜਾਂਦੇ ਆ ਜੇ ਸਰਦਾਰ ਸਿਮਰਜੀਤ ਸਿੰਘ ਮਾਨ ਹੈ ਇਹਨਾਂ ਦੀ ਪਾਰਟੀ ਦੇ ਜਸਕਾਨ ਸਿੰਘ ਕਾਨ ਸਿੰਘ ਵਾਲਾ ਸਾਨੂੰ ਕਿਸੇ ਪਾਰਟੀ ਨਾਲ ਕੋਈ ਮਤਲਬ ਨਹੀਂ। ਜੇ ਮੈਂ ਆਪਦੀਆਂ ਅੱਖਾਂ ਨਾਲ ਕੋਈ ਵੇਖਣਾ ਵੀ ਸਭ ਤੋਂ ਪੁਰਾਣਾ ਸਿਮਰਜੀਤ ਸਿੰਘ ਮਾਨ ਨਾਲ ਕੌਣ ਹੈ ਤੇ ਉਹ ਜਸਕਾਨ ਸਿੰਘ ਕਾਨ ਸਿੰਘ ਵਾਲਾ ਤੇ ਅੱਜ ਸੱਜਰੇ ਸ਼ਰੀਕ ਬਣਿਆ ਇਹ ਕੌਮੀ ਦੋਵੇਂ ਹੀ ਕੌਮੀ ਪ੍ਰਧਾਨ ਹੋ ਗਏ ਤੁਸੀਂ ਵੇਖੋ ਕਿਹਨੂੰ ਵੋਟਾਂ ਪਾਉਣੀਆਂ। ਵੋਟਾਂ ਦੇ ਕੰਮ ਨਿਬੜਨਾ ਨਹੀਂ ਨਿਬੜਨਾ ਜਿੱਥੇ ਮਰਜ਼ੀ ਭੱਜ ਲਿਓ ਨਿਬੜਨਾ ਇੱਕ ਦਿਨ ਅਣਖ ਤੇ ਸਿਰ ਜੋੜ ਕੇ। ਅੱਜ ਮੈਂ ਇੱਥੇ ਵੇਹਣਾ ਤੁਸੀਂ ਬੰਦੀ ਸਿੰਘ ਲਿਖਿਆ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਨਹੀਂਗਾ ਸਾਡੇ ਭਰਾ ਬੰਦੀ ਸਿੰਘ ਹੈਗੇ ਆ ਤੇ ਪਰ ਯਾਰ ਜਿਹੜੇ ਬੰਦੀ ਸਿੰਘ 30 ਸਾਲਾਂ ਵਾਲੇ ਉਹਨਾਂ ਦੀ ਫੋਟੋ ਕਿੱਥੇ ਆ ਉਹ ਲਾ ਤਾਂ ਲਓ ਨਾਲ
गल पंथ दी करियो अज धिया पुत्तां दे गल खड़ा के ना खड़ियो उठ जो सारे पीता पीता जा खरके कमान देवे धन गुरु हरगोबिंद साहिब महाराज सच्चे पातशाह दे संगत दे मूहरे झोली अड के कहने महाराज सानू दई राग गया कि रण दी सच्चे पातशाह पैर नहीं पिछे पाउंदे गे असी दृढ़ता नाल हक तान के कहने ये गल अज ताई ना को बैरी नहीं बेगाना सगल संग हमको बनाई अज ताई किसे भैण भरा नाल जेड़े बैण तो तुरे वे आ एक रुपये का भी किसी नाल धोखा किया हो नहीं साडे लोगों को गल्लां पता की है इन्हां नूं पैसे बनते हैं इन्हां नूं आ हुंदा तुहानूं मैं निक्की जी गल एक दसदा है मैं जेल च आपदी वड्डी बेटी नूं सद लिया साल क बाद हजे मैं जाके उस कमरे जिच बैठी हाँ ते हाथ नूं हाथ नहीं लगते अंबरसर वाली आ फतापुर जेल ही कट्टी है मैं इत्थे बैठे बेटी आई मैनू आन सारा दी पापा सानू कुत्तियां तो चेक कराया इन्हां ने ते मेरी धा निकल गई मेरा रोन निकल गया मैं क्या पोते तू बाद आए हो ना मेरी गलती है मैं तुहानू सद बैठा अज ताई किसी भी बंदे नूं किते रो के विखाया होवे जां धोखे नाल किते पैसा मंगया होवे रो के भी मंगया तां गुरु तों ही मंगया ते मंगणा भी गुरु तों ही आ जां जे पंथ दा खाधा ना जिहड़े गुरु के किरत कमाईआं करदे आ साडे जवाकां दीआं फीसां फूसां उन्हां ने ही भरीआं मैं झूठ नहीं ना मैं किसी तो अज ताई क्योंकि वह पंथ भी गुरु का गल पंथ की करनी पेगी गुरु ग्रंथ की करनी पेगी पंथ को ना मानेगा तो ग्रंथ की कौन रखे गो ग्रंथ की नहीं किसी ने रखनी जे तुसी ताब्या विच पंथ दे नहींगे पंथ ताब्या चलाया अज जिहड़े सरमौर आ साडे ठीक है भाई अमृतपाल सिंह मैरों कह के गए उन्हां नूं भाई जोगा सिंह जी नूं कहता वेखो उन्होंने गुरु घर की गद्दी लई है ते गुरु की बख्शिश नाल लई आ भावे वह बाबा बलबीर सिंह होण पापे अवतार सिंह जी विधि जिंदगी होण भावे जोगा सिंह जी तरना दल वाले होण इन्होंने किसे तो वोटां तां नहीं लईआं ते इत्थे बाले बंदे दा निंगा नूं राजी नहीं बोलदा वेख के सानू बहुत स्टेजां इहो जिहां हुंदियां सी जिथे साडे बंदे आपदे नहीं बोलन दिंदे सानू क्योंकि साडी जबान नूं गुरु रामदास दी मेहर दे कंडे लगे आ असी दोगली गल करनी नहीं ना असी आपदे हित लई करके सिर्फ सिर्फ पंथ दे हित लई जिहड़ी वक्त विचारे सो बंदा होए जे गल करनी है सच्चे पातशाह ने साडे ते रहम बहुत कीता असी अमली पंगियां नूं जदों चक्किया महाराज ने ते जदों असी गुरबाणी दी संथ्या लैणी शुरू कीती ते सानूं पता लगा यार वी इन्ने दूर असी गुरबाणी तों अज ताईं गुरबाणी तों दूर समय दी खेड़ सारिआं दे घरां च अग पूरी लगी वी आ फरीद साहब आंदे आ ना कागा करंग टटोलिया सगला सगला ही मूंह ही रहिंदा सी कल्ला सगला मास खाता उन्हां दा ए दो नैना मत छूए पिर देखण की आस ते असी तां शरीर भी हैगा सारा भी कुछ हैगा तुसी भुखे सारे मर जाओ इत्थे एक भी रुपये का फर्क पै गया तां कह दिओ हां जे इत्थे गुरु का कोई भी सिख बैठा वो किसी नूं लगता होवे भी ये ज्यादे चक मैं इन्हें ज्यादे चक मैं गल्लां करदा है किसी ने परखना होवे तो भावें मेरी परछी लै लिओ तो मेरे ही मार दो जे किसे च जोरता नहीं तो गल मन के वेखो पंथ दी जेड़े उस दे नाल सी ना अमृतपाल दे अज कोई भी सदा बाकी बुलबुल नहीं बोलदी जय घर दुख सुख ना बिया सो घर नानक को दिया साडे दा आनंद रहिंदा साडे मरे ता आनंद साडे जम पे ता आनंद ते अज साडी कौम दा बेड़ा किधर नूं तुरिया जांदा धन गुरु तेग बहादुर जी महाराज सच्चे पातशाह दे नाल अज थड़े दे बराबर जे किसे दा सोभदा ते संत जरनैल सिंह जी खालसा ते समूह शहीदां दा अज स्थान सोभदा अनेकां दुनिया ने 100 साल तो किसी ने वध भी जीवन जिउणा है किसी ने घट भी जिउणा है श्रोमणी पंथ अकाली बुढ़ा दल नूं असीं मानदे आं ते धन धन बाबा बुढ़ा साहिब जी ते रहम कीता गुरु हरगोबिंद साहिब जी ने जिन्हां नूं उन्हां नूं बख्शिया ते जे असीं उन्हां दी चरण शरण च सच्चे पातशाह साडे ते रहमत करे ते जे तुसीं इत्थे बहि के ते आपां चाहुणे आं वी इह कढ देणगे बिलकुल नहीं होणा
ठीक है असि कोई बाला भी नहीं के भी मैं कोई ज्यादा भार ढा दूंगा पर साडे च एकदम गुरु ने जरूर दिता असि निश्चय करके जित प्राप्त कर दे महाराज ने सानू जिंदगी च हरेक बंदे नू लालच करन तो हटाया ते एक थां ते गुरु कलगीधर पातशाह ने आप कहा जे लालच करना होया तां इत्थे करी देह शिवा पर मोहे है शुभ कर्मण ते कब हो ना डरो ना डरो अरसो जब जाए लड़ो निश्चय करे अपनी जीत करूं अर सिख हो अपने ही मन को हो लालच तो गुण उचरो जब आव की औद निदान बने अत ही रण में तब जूझ मर अत ही रण में तब जूझ मरो आ कुलदीप सिंह ढेंठल बैठा वीर पटियाले दे विच असी कट्ठे सी उदन ते असी नंगे पैरी असी तां गए सीगे गां नूं ते हालात थोड़े सारिआं दे सामने आ साडीआं बुढ़ियां तक भी बाद चो घरां चो लै गए सीगे ये हरेक नाल वापरनी है इहदे च रोण वाला कुछ भी नहीं गा इत्थे खुशियां मनाईयां जांदियां जकारे छड्डे जांदे आ सच्चे पातशाह रहमत करे चढ़दी कला च रो असी सदा ही तत्पर इत्थे गोरा वीर मानसा वाला खड़ा जदों मर्जी हुक्म ला दिओ असी हाजिर हो जांगे पर जे अज दा मुख रख के आपां इत्थे रो के जां आपदे दिलां नूं हौले रख के जे कहांगे कोई प्राप्ति हो जूगी बिलकुल नहीं होनी बिलकुल भी नहीं होनी पहला तो असि सारे जेडे बैठे हैं गुरु रामदास पातशाह घर देखना ही होवांगे जिन्ना तो मंगना जे तां इहदे तो मंगना जे तां इहदे तो लैना ते उहदे मत्थे लगो जाके बई ते असि तां नामे सोई सेविआ ना देरा ना मसीत उह तां हरेक थां ही हैगा खासम नाल तां सारे ही जुड़े आ कोई मन्ने जाए ना मन्ने जे तुए रब विसारिया रब ना विसरियो हे रब नहीं विसरदा किसे नू ठीक आ अज समय दी चाल ए माया दी चाल इने बिन दांता जग खा गए असी तां समय इहो जे वेखिया पहला दुनिया कहिंदी संगत आवे आवे जदों बगराड़ी पहुंच गई संगत सारे अड्डियां ला गए ओए सानू कामरेडा ने उन्होंने मेहने मारते वह कहते जाओ तुम आपका कोई जित के विखाओ साडे लीडर ही इन्ने माड़े हो गए जेड़ा लीडर का अखरी अर्थ है ली आ डर दी जेड़ा जरनैल आ संत जरनैल सिंह वांगू ही जरनैल आ असि अमृतपाल सिंह दे नाल तां खड़े सी उन्हें अणख की गल की जिदन असी चंडीगढ़ जाने धरना बंदी सिंह लगा भाई साहब की अज भी स्पीच कट के वेख लियो कहिंदे सी धरना लाउण दा कोई फायदा नहीं बैबल गए भाई साहब ते इन्होंने कहा भी धरना लाउण दा कोई फायदा नहीं अज मैं कोई भी उल्ट गल नहीं किसी के गुटे लगे किसी के गोडे लगे यार असी किसी तो की लेना साडे ना किसी ने मूंह च बुरकियां पाईआं ना सानू किसी दे पाउण दा चाचा महाराज सच्चे पातशाह संत जरनैल सिंह जी नाल ते थोड़ी संगत नाल इक पक्का ही करार करके जाने आ सच्चे पातशाह असीं अठवें पैर भी कफा छड़ देंगे अठवें पैर भी नहीं खावांगे पर आओ मैदान च फिर हस्पताल किसे नूं नहीं जान देना इत्थे सोले पड़ांगे बैठो उहदा जांदा तीजे दिन हां करनगे जां थोनू चाके जेलां च मारनगे नवेड़ा करा देंगे कर भी देवांगे सबर ते संतोख नाल तुसीं कहिंदे होवो वी इह भड़काऊ गल्लां करके लड़ाई ना देवे फलाना ही ना कर देवे असीं जिवें तुसीं कहोगे शांतमई वी पर कितों दवाई नहीं लैण जाणी कोई कुछ नहीं लैण जाणा करो अरदास ते बैठो इत्थे नाल बहि जांगे गल दूजिआं नूं मेहणे मार के मैं वी इत्थों जा सकदा जेड़ी गल भाई अमृतपाल सिंह ने कीती है जिदे करके अज तुसी बैठे हैं छे महीनों का दौरा अमृतपाल सिंह जी का उदू पहला भी है नी ते अज भी है नी ते साहिबजादे साहिबाना का कित्थों दौर आउंदा है कोई जिन्ना चर नहीं भी फिल्म बनी सी ना ते उदों भी असीं प्यार उन्ना ही करदे सी आपदे साहिबजादे साहिबाना नूं ते आपदे शहीदां नूं फकीरां नूं ते मैं बेनती इको ही आ असी सदा ही रण तत्ते दे विच हैगे आ जेड़े दिन तो जे गुरु के देनदार हो गए जेड़ी भी गल कोई संग चो कह गए जिदन भाई अमृतपाल सिंह रोडे पिंड कट किया
एसएसपी साहब सानू पता की आना कहिंदा थोनू भी फड़ूंगा बाकी जेड़े आउणगे उन्हां नू भी फड़ूंगा। मैं कहा जी छोटे मैं मूहरे बैठा मैनू तां इत्थे ही फड़ लो मेरी तां इत्थे ही नबेड़ दिओ गल दूजा कोई आवे ना आवे तुसीं बाद चो वेख लिओ। फिर भी कीता पर जेड़े अमृतपाल दा नां लैके अज इत्थे आउंदे भी नहीं खड़दे भी नहीं ते ओह बंदे कहिंदे पैसिआं दे इकट्ठ करदे आ यार 6 तरीक जो पिछली भुख हड़ताल रखी है असी माता जी हर संपर्क नहीं परिवार नाल कर सके जिथों साडा थोड़ा जिहा डिबे फर्क रह गई गल दी। चलो असी वीडियो पाती जो माता जी ने हाथ जोड़े भी उन्हां दी भुख हड़ताल रखी भी है भी संगत मूहरे बेनती है भी सारे कट्ठे हो गए असी वीडियो पाती भी 8 तरीक चलूपुर खेड़े कट्ठे होवांगे। चलो साडा तां सारा कुछ उन्होंने बंद करना ही सी करता फेसबुक जो लड़र पड़र सब बंद आ साडा ते जेड़े उत्थे आउणे चाहीदे सीगे ते कोई वाह वास्ते टुट चुकी है लोकां दे जे तां तुसीं इत्थे आए आ ते दिल दे विच हजे भी आए आ। साधु को कबीर साधु को मिलने जाइए साथ ना लीजे कोई पाछे पौना दीजिए आगे होए सो होए फिर एक खंडे तार गली अत पीड़ी लेखा लिखिए जो तिल पीड़े कहानी जिवें तिलां नूं कहानी पीड़दी है ते आए पीड़ना उन्होंने सारिआं नूं सानू इस गल का माण आपके गुरु ते शहीदां दे माण अज भी इत्थों खड़ के आवाज देईए तां संगत भज्जी आऊगी पर असी दावा साडे आपदे पैर नहीं झलदे किसी नूं क्यों सद्दगे जिद्दण किते महाराज ने वह पैर देते जिद्दण किते खंड दा समां देता वह मंगदे सच्चे पातशाह तों ते जे किते मालक ने भी भगत फरीद जी दीआं पद बाणी दीआं ही गल्लां करनियां फरीदा बार पराया बैसना साईं मुझे ना दे जे तू एवें रख सी ता जीओ शरीर हो ले साडी कढ़ दे मालका जी ए तू तां सद्दना ही है साणू भी गरीबां नूं सद्द। 9 साल 2015 तो अज ताई 2024 चली जांदा 1984 तो लैके 40 साल हो गए अज ते पर गांधीवादी नीतियां तो आपदे तो नहीं हटदी साडा तां इहो जिहा भी जिद्दण गुरबाणी की बेअदबी उत्थे होई साडे कोटकपुरे डांगा मारियां साडे तो बादल धड़ा साडे तो एसजीपीसी कदे माफ नहीं होनी ना ये थोड़ी पंथक कमेटियां इन्हां अकालता साहब दे जथेदारां मूहरे पुट्ठे होई जायो किसे नूं कोई नहीं सुनदा इन्हां नूं नौजवान नहीं सुनदा ना वो अणखी बजुर्ग सुनदा इन्हां नूं आ बाबा ज्ञान इतिहास ना के बजुर्ग उन्हें पब्बां दा ही जोर ला दा किसी नौजवान का ध्यान नहीं पब्बां दा ही जोर लाया उन्हें बंदे ने ते मैं ना बाले गल्लां हस विच ही करी क्योंकि सुनना वह चाहते आ वक्त दे विचार दी अज वक्त की है ते अज दी विचार की है ये सुनना चाहती कौम होर नहीं कुछ सुनना चाहती लंडू गल्लां दे इत्थे गुरबाणी दा समां जदों गुरबाणी पढ़न ते आउणा जदों हक दी गल करनी उदों हक दी करनी आ अज तुसीं मरालो शुभ करन लगे जिन्ने मर्जी 2022 दे 3 कतल 2023 दे 3 कतल 15-2 नूं दीप सिद्धू ने मरना 14-3 नूं उहदा नंगल अंबियां दा मरना ते 295 ही गिणती बानी तुसीं की समझदे महाराज दे इशारे नहीं समझदे रूप ना रेखना रंग कैश त्रै गुण ते प्रभ पहना तिसे बजाए नानका जिस होवै सो प्रसन्न ओ बुजूगा जी दे ते ओ प्रसन्न हो गया प्रसन्न हो आपदे खालसे ते आ लंडी बुच्ची ते तां जमई ओ साथ ओहदा दिंदा जेड़ा गुरु तो मंगदा कुछ जेड़ा गुरु मूहरे नक रगड़दा भी मैनू पंध पा पंध पाया मेरे सतगुर पूरे होई सर्ब कल्याण ते अज फिर मौत दी कादी घबराहट आ बई गल तां इक्को ही आ ना खड़ी दंदा तां इक मौत ते ही आके अड़दा ए मां ने जिहड़े ने जन्म देता ए मुड़ के कुख च नहीं मां दी च वड़िया जाणा जिथे मर्जी भज ले ਇਹ ਤਾਂ ਉਸੇ ਰਾਹ ਲੰਘਣਾ ਪੈਣਾ ਜਿਹੜੇ ਸਾਡੇ ਪੁਰਖੇ ਚਲੇ ਗਏ ਸੁਣ ਗੱਲਾਂ ਆਕਾਸ਼ ਕੀ ਕੀਤਾ ਈਰੀ ਸਾਡੇ ਵਰਗੇ ਕੀੜਿਆਂ ਨੂੰ ਵੀ ਰੀਸ ਆਈ
नानक नदरी पाई है कूड़ी कूड़ा ठीस आखन जोर चुप नह जोर जोर ना जीवन मन नह जोर जोर ना राज माल मन सोर जोर ना सरती ज्ञान विचार जोर ना जगती छुट्टे संसार जैस हाथ जोर कर वेखे सोए नानक उत्तम नीच ना कोए ना इत्थे कोई बड़ा उत्तम दे कहने ना नीच ही इत्थे ते साडे अरगे निंगां नूं तां छेदी छेदी ना बई कोई भी नहीं पंगा लैंदा आम बंदा साडे तों वैसे ही घबर जांदा वी इन्हां ने करना अगले पल पता नहीं की है ते पता सानूं भी नहीं हुंदा कई चीजां मैं जिन्नियां भी स्टेजां ते बोलियां मैनूं सुण के पता लगना भी मैं की बोल गया सिद्धी जी जिहड़ी रब लगदी आ पर जेड़ा गहों आपों बोल ना जानदा मैं कहया सब हुक्म ओ जियो जेड़ा ओ गुरु दा हुक्म सी ओ कमाया ठीक है इस संगत दे विच अरदास करदे आं वी सानू तां महाराज छेती सद ली कोई होर आउणा चाहुंदा नहीं आउणा चाहुंदा असीं तां भज पए आं हर की सरनाई असीं तां भज्जे जांदे आं ना असीं अज पिछे चक गए ना कल पिछे चक गए पर थोनू समझना पऊगा इत्थे बैठे रहो भुखियां मावां थोड़े सामने मरन पुत वेखण ते सानू तां जलाल धीआ फिर पग्गां बन्नण दा मुंहां ते दाड़ियां मुच्छां नूं मरोड़े देण दा नहीं कोई फायदा रह जांदा जां फिर उन्हां सिंघां चों किसे नूं पंजां सिंघां नूं कह दिओ कढ के वी निकलो कुरबानी देण नूं अज बणो प्योगे ते करो अरदास ते दर्शन सिंह फेरू माणा गुण नवाज गए फेर छुटणगे नहीं छुटणे नहीं गए ਤੁਹਾਨੂੰ ਉਹਨਾਂ ਨੇ ਚਿੱਟਾ ਜਵਾਬ ਦੇ ਕੇ ਤੋਰਿਆ ਦਿੱਤਾ ਨਾ ਮੈਂ ਤਾਂ ਵੀਡੀਓ ਜੀ ਸੁਣਿਆ ਮੈਂ ਪੁੱਛਿਆ ਨਹੀਂ ਨਾ ਮੈਨੂੰ ਕਿਸੇ ਨੇ ਦੱਸਿਆ ਜਿੰਨਾ ਕਿ ਮੈਂ ਉਹਨਾਂ ਨੇ ਸਾਫ਼ ਆਖਿਆ ਵੀ ਅਸੀਂ ਲਿਆਉਣੇ ਨਹੀਂ ਤੇ ਜੇ ਸਾਡੇ ਵੱਲੋਂ ਉਦੋਂ ਵੀ ਗਾਂਹ ਵਾਲੀ ਜੇਲ੍ਹ 'ਚ ਬੈਠੇ ਹੁਣ ਤਾਂ ਕੀ ਹੈ ਜਿਹੜੇ ਅੱਜ ਹਵਾਰਾ ਸਾਹਿਬ ਹਰੀ ਬੈਠੇ ਆ ਤੇ ਉਹਨਾਂ ਦਾ ਵੀ ਬੈਠਿਆਂ ਦਾ ਜੇਰਾ ਹੀ ਆ ਕੱਟਣੀ ਬਹੁਤ ਔਖੀ ਆ ਜੇਲ੍ਹ ਮੈਂ ਪਾਡੀਆਂ ਪੂਡੀਆਂ ਦਾ ਨਹੀਂ ਮਾਰਦਾ 40 ਮਹੀਨੇ 14 ਦਿਨ ਦੀ ਜੇਲ੍ਹ ਕੱਟੀ ਆ ਤਸੱਲੀ ਕਰਾਦੀ ਰੱਬ ਨੇ ਮਹਾਰਾਜ ਨੂੰ ਆਖਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਕੱਟਣੀ ਭਾਵੇਂ 40 ਸਾਲ ਦੀ ਪੈ ਜਾਏ ਪਰ ਕਰਤੂਤਾਂ ਕਰਕੇ ਜਾਈਏ ਸਾਰਾ ਅਸਲਾ ਲਿਆਂਦਾ ਸਾਰਾ ਸਾਰਾ ਹੀ ਫੜਾ ਬੈਠੇ ਸਾਨੂੰ ਤਾਂ ਦੁੱਖ ਆਪਦਾ ਹੀ ਮਾਰ ਜਾਂਦਾ ਗਾ ਹਨਾ ਵੀ ਉਦੋਂ ਮਸਾਂ ਧੇਲੇ ਇਕੱਠੇ ਕੀਤੇ ਅਸੀਂ ਅੱਜ ਤਾਈਂ ਨਾ ਕਿਸੇ ਤੋਂ ਮੰਗ ਕੇ ਨਾ ਕਿਸੇ ਤੋਂ ਕਰਕੇ ਜਿਹੜੀ ਰੱਬ ਲੱਗਦੀ ਜ਼ਮੀਨ ਜਾਇਦਾਦ ਹੈਗੀ ਉਸੇ ਜੀ ਖਾ ਜਾਵਾਂਗੇ ਉਹਨੂੰ ਵੇਚ ਵੱਟ ਲਵਾਂਗੇ ਪਰ ਆਪਦੀ ਗੁਰੂ ਕੀ ਸੰਗਤ ਨਾਲ ਗੁਰੂ ਪੰਥ ਨਾਲ ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੋਂ ਕੋਈ ਉਲਝਾ ਕੰਮ ਨਾ ਕਰਾ ਦੀ ਵੀ ਅਸੀਂ ਗੁਰੂ ਕੀ ਸੰਗਤ ਦੇ ਦੇਣਦਾਰ ਰਹਿ ਜਾਈਏ ਗੁਰੂ ਘਰ ਦੇ ਦੇਣਦਾਰ ਰਹਿ ਜਾਈਏ ਇਸ ਘਰ ਦੀ ਵਫਾਦਾਰੀ ਮੰਗਿਓ ਹੋਰ ਜਿਹੜਾ ਕੁਛ ਮਰਜ਼ੀ ਤੁਸੀਂ ਦੁਨੀਆ ਨਾਲ ਵੇਖ ਜਾਓਗੇ ਪਰ ਜਿਹੜਾ ਇਹਦੇ ਘਰ ਤੋਂ ਛੁੱਟ ਗਿਆ ਨਾ ਉਹ ਦਿਨ ਮਿਲੇ ਨਾ ਰਾਤ ਉਹ ਤਾਂ ਵਿਛੜੇ ਹੀ ਰਹਿ ਜਾਣਗੇ ਤੇ ਸੱਚੇ ਪਾਤਸ਼ਾਹ ਨੇ ਜੇ ਹੁਣ ਰਾਹਦਾਰੀਆਂ ਜਾਂ ਕੋਈ ਕਿੰਨੀਆਂ ਸਪੀਚਾਂ ਇੱਥੇ ਪਹਿਲਾਂ ਵੀ ਦੇ ਗਏ ਹੋਣਗੇ ਭੈਣ ਭਰਾ ਕਿੰਨਿਆਂ ਨੇ ਗਾਂਹ ਦੇ ਜਾਣੀਆਂ ਸਾਨੇ ਅਸੀਂ ਹਮ ਕੂਕਰ ਤੇਰੇ ਦਰਬਾਰ ਭੁੱਖੇ ਆਗੈ ਬਦਨ ਪਸਾਰ ਅਸੀਂ ਤਾਂ ਪਾੜ ਪਾੜ ਜਾਂਦੇ ਹਾਂ ਆਪਦੇ ਪਿਤਾ ਨਾਲੋਂ ਜ਼ੋਰ ਵੱਧ ਲਾ ਕੇ ਵੀ ਬੋਲੇ ਹਾਂ ਵੀ ਸ਼ਾਇਦ ਉਹ ਬੰਦੇ ਉਹ ਅਣਖ ਦੀ ਗੱਲ ਜੇ ਸੱਚੇ ਪਾਤਸ਼ਾਹ ਨੇ ਜੇ ਹੁਕਮ ਹੀ ਸਾਨੂੰ ਬੋਲਣ ਦਾ ਬਈ ਮੱਥਾ ਕਿੱਥੋਂ ਪਾੜ ਗਿਆ ਥੀੜਾ ਜਾ ਕੇ ਜਿੱਦਣ ਕਿਤੇ ਬਾਬੇ ਬਚਿੱਤਰ ਸਿੰਘ ਮੂਹਰੇ ਵੀ ਅਰਦਾਸ ਹੈ ਸੱਚੇ ਪਾਤਸ਼ਾਹ ਤੋਂ ਜੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਆਵਾਜ਼ ਮਾਰਦੇ ਆ ਦੋਵੇਂ ਪੁਰਸ਼ਾਂ ਨੂੰ ਭਾਈ ਦੁਨੀ ਚੰਦ ਨੂੰ ਵੀ ਕੀ ਨਾਂ ਸੀ ਉਹਨਾਂ ਦਾ ਦੁਣੀ ਚੰਦ ਸੀ ਨਾ ਦੁਣੀ ਚੰਦ ਨੂੰ ਵੀ ਬਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਰੀ ਵੀ ਹਾਥੀ ਲੜੂ ਭਾਈ ਸਾਡਾ ਤੇ ਭੱਜ ਗਿਆ ਤੇ ਭਾਈ ਬਚਿੱਤਰ ਸਿੰਘ ਜੀ ਨੂੰ ਵੀ ਗੁਰੂ ਨੇ ਹੁਣ ਖੁਸ਼ੀਆਂ ਕਿਹਨੇ ਲੈਣੀਆਂ ਜਿਹਨੇ ਬਚਨ ਮੰਨਿਆ ਗੱਤ ਕੀ ਦੀ ਹੈ ਮੰਨੇਗੀ ਗੱਤ ਹੋਣੀ ਹੈ ਨਹੀਂ ਹੋਣੀ ਨੀ ਤੇ ਇੱਥੇ ਤਾਂ ਮਹਾਰਾਜ ਨੇ ਸੁਣਿਆ ਲੱਗ ਗਿਆ ਸਹਿਜ ਧਿਆਨ ਸੁਣਿਆ ਦੁੱਖ ਪਾਪ ਦਾ ਨਾਮ ਵੀ ਦੁੱਖਾਂ ਦਾ ਵੀ ਪਾਪਾਂ ਦਾ ਵੀ ਪਰ ਸਾਨੂੰ ਸਭ ਤੋਂ ਵੱਡਾ ਪਾਪ ਮਾਇਆ ਅਸੀਂ ਗੁਰੂ ਵਾਲੇ ਹੋ ਕੇ ਵੀ ਕਈ ਪ੍ਰਾਣੀ ਮੈਂ ਇਹੋ ਜਿਹੇ ਵੇਖੇ ਆ ਵੀ ਉਹਨਾਂ ਨੇ ਨਾ ਤਾਂ ਬਾਣੇ ਦੀ ਲੱਜ ਰੱਖੀ ਨਾ ਬਾਣੀ ਦੀ ਲੱਜ ਰੱਖੀ ਤੇ ਸਾਡੇ ਨਾ
धर्म नाल भी छलनी करते यार उन्होंने काम बंदियां ने एडे माड़े करदारा दे बंदे है ना। वेखो लड़ाई वेले अमृतपाल नाल ओह भी खड़े होणगे जिन्हां ने उन्हां पैरां नूं अड्डियां ही लाउणियां सी ते ठेडे ही मारने सी। एक ओह खड़े सीगे जिहड़े 30 ए बैठे ते 10 ओह बैठे, ठीक है नहीं? जेडे 40 पूरे कीते आ महाराज ने गां भी कराउणे आ उन्हां कोले जेलां बहुत आ, तुसी सिर तैयार रखो महाराज कोले कृपान अज भी खुंडी नहीं होई। इको एक दुनिया के गुरु गोबिंद सिंह पातशाह होया जिन्हें किसी का कतल किया हो खून साफ किया हो इत्थे किसी का कट के कतल ते खून साफ करके विखायो मैनु किसी का पंजे प्यारे साहबाना दे खून आपके हथीं साफ किए सीगे ते बाद चो अज अकाली फौज ओ पंथ खालसा अज मेहनतां ते उतरिया होया। जे मेहनत मैं करो करो गुरु दी ते सिर जोड़ के सामने उस समझ नूं लियायो। अज नीलियां झंडियां हरियां अज उत्थे खबी जांदियां क्योंकि उस दिन 2020 अज तां 4 ही साल गुजरे आ फेर वजन नूं तैयार आ ते अगले मत्थियां च मार दिओ कहिंदे आओ सही ओ तुसीं हजे वी कौमी घर दी गल नहीं करदे। ਉਹ ਕਹਿੰਦਾ ਸਾਰਿਆਂ ਦੇ ਨਾਂ ਜ਼ਮੀਨ ਹੈ ਤੇ ਕੋਈ ਵੀ ਬੰਦਾ ਨਾ ਜ਼ਮੀਨ ਚ ਆਏ ਨਹੀਂ ਕਹਿੰਦਾ ਵੀ ਸਾਡਾ ਰੇਟ ਕਿਉਂ ਦਿੱਤਾ। ਉਹ ਮੈਨੂੰ ਇੱਕ ਸਿੱਖ ਮਿਲਿਆ ਵਧੀਆ ਵੀਰ ਉਹ ਕਹਿੰਦਾ ਬਾਬੇ ਨਾਨਕ ਦੇ ਘਰ ਦਾ ਜੇ ਕੋਈ ਸਾਧੂ ਜਾਂ ਸਿੱਖ ਵੇਖਣਾ ਚੜ੍ਹਦੀ ਕਲਾ ਵਾਲਾ ਕੌਣ? ਉਹ ਕਹਿੰਦਾ ਜਿਹੜਾ ਹਾਲ ਚਲਾਉਂਦਾ ਜਿਹੜਾ ਖੇਤੀ ਕਰਦਾ ਜਿਹਦੇ ਤੇ ਮਹਾਰਾਜ ਦੀ ਮਿਹਰ ਅਸਲੀ ਬਾਬੇ ਨਾਨਕ ਦੀ ਉਹਨੂੰ ਪੰਜਾਬ ਚ ਜਾਮਾ ਦਿੱਤਾ। महाराज कहते सच खंड वसै निरंकार महाराज ने धरती दे जामा कित्थे लग्या अज ताई साडे कोले पूर्बी दा महल्ले हैगे आ पूर्बी पछमी महल्ला कोई नहीं गा साडे कोले पूर्ब लिखे का लेखा मेरे नानके आ फरोशा मेरे नाना जी ढिले हो गए वैसे तो मैं उन्होंने परिवारक तौर पर अभी वरतते नहीं जाते नहीं सीगे तो चलो जो तो पता लगा तो पता लैन गए क्योंकि ज्यौद्या दे मेले इत्थे कुछ नहीं है ना गए जो उत्थे जाके पढ़िया कहिंदा अज होवे सरकार तो कोई मुल पावे जिहड़ियां खालसे ने तेगां मारियां ने 222 साल हो गए 1846 की गल है गोरियां दे झंड ला सिटे मैं मुद की तीजी क्लास ते पढ़िया बापू मेरा जेई सी एक मुद की पत्थर खड़ा सिखां दी ते अंग्रेजां दी लड़ाई दा एक फरोशा खड़ा सभरावां वाला मैनू नहीं पता मैं वेख्या नहीं उत्थे हैगा कि नहीं क्योंकि अखीरली लड़ाई सभरावीं होई सी ते ओह शाम सिंह अटारी दी म्यान अज भी ढीकदी आ भी तलवार आऊगी ते तुसी यकीन रखियो पंथ ते गुरु ते जेड़े कच्चे पिल्ले समय नाल जे साडा धन धन सतगुरु तेरा ही आसरा सी कहिंदे सी ते ओ सरसे वाले नाल जोड़ के ते अज साडे लोक कहणे हट गए ओए आसरा सच्चे सतगुरु दा ही आ। इहो जे नकली भी वंडी फंडी आउणगे जिन्हां ने आउंदे जांदे रहना ना पंथ ते सदेश इन्हां पर्वतां नूं इन्हां दीआं सिक्खी आ जिहड़ी धन बाबा फतेह सिंह जी ने पतालां ताईं गड्डी ओह कहिंदे इन्हां बोटियां नूं जदों इलां चक के असमानां च लै के जाणगियां साडे निशान झूलणगे ते अज झूलदे आ तुहाडे जदों 11 साल दी उम्र दे विच सतगुरु सच्चे पातशाह मीरी पीरी दे मालक ने कहा बिन चंदू दे नक च नकेल पावां दे कहणगे इंते सीगे जो आकी करूगा ओए धन गुरु हरकृष्ण जी महाराज सच्चे पातशाह नूं तां मन्नणा ही किसे ने नहीं इत्थे तुसीं गुरु दा प्रताप मन्नियो गुरु इत्थे हरेक बंदा कहिंदा वी मैनूं इज्जत ना बुलाई तुसीं को आप को जथेदार को खालसा को आपदे पुत्तां नूं वक्खरे वक्खरे लाकब दित्ते आ हरेक ने किसे ने राजकुमार कहा किसे ने कुछ कहा असीं आपदे भरावां नूं साहिब जादे आख्या पर गुरु ने की आख्या ओह कहिंदा सापा है पचांगा जे तुसीं मत ना असली दित्ती तुहानूं डंगणगे ते मत ओह लैणी आ जिहड़ी गुरु की आ जैसी में आवे खसम की बाणी तैसड़ा करी ज्ञान वे लालो हे सच्चा पातशाह
साढ़े ते सदा रहमत करी। वेखो पंथ वास्ते अरदासां बेनतियां सदा करदे रहो, चढ़दियां कला हो जाणियां। साढ़े कोले जोर गोबिंद का ते उसे दा ही पूरा ही गुणताज आ, भी उसे दी मेहर आ ते उसे नाल ही रहना। ते साढ़े कोले सब तो वड्डा हथियार जोधड़ी आ, ते जोधड़ियां जिन्नियां भी करोंगे, ये जिहड़ी राय भोए दी तलवंडी आ ना, इसे नूं आके एक दिन इंग्लैंड वालियां ने तल तो वंडिया, होर नहीं किसे नूं वंडिया। ये तुसीं समझो साडा चढ़दा भी ते साडा लहिंदा भी। महाराज कहिंदे आ लंक लूट लियाऊं पेश पलक पेश काना चलाऊं, नर्द गर्द मैं मिलाऊं जो माते अभिमान के, ना आप लड़ू ना फौज लड़ाऊं, पट बीरन सेती बांध मगाऊं, ना छाडूं खलक ना छाडूं बलक, पर्वत काटूं ईरान खुरासान के, मेरो नाम गुरु गोबिंद सिंह सोढ़ी राय अस खलोना, सब खलकत राज साज बांध मगाऊं गोचे कमान के, हुक्म सत श्री वाहिगुरु जी की फतेह, श्री वाहिगुरु जी की फतेह। गुरबर अकाल देग तेग फतेह, गुरु खालसे दी हर मैदान फतेह। वाहिगुरु जी का खालसा वाहिगुरु जी। वाहिगुरु जी का खालसा वाहिगुरु जी की फतेह। मैं पहले भी कई बार बेनती की है बुलारिया कि समय की नजाकत को समझीदा होंगे, क्योंकि घंटे के मिनट साठ ही होंगे है, किसी बारी सत्तर या अस्सी नहीं होंगे। इस करके अपने को चौदह पंद्रह बुलारे हजे होर पे है, जो सारियां पांच मिनट भी लाइए तो समा वेखो। आने वाले बुलारिया मेरी बेनती है कि समा नजाकत च रखे। अगले बुलारे बापू परगट सिंह जी फिरोजपुर तो, पांच मिनट लई इन्हां नूं समां दित्ता जांदा है। समय समय सेंटर सरकार वालों जिहड़ियां सिखी नूं ते गुरमत नूं खत्म करन दीआं चालां चलियां जा रहीआं हन, उन्हां दे रोस वजों गुरु नानक नाम लेवा संगतो गुरु दी बख्शी फतेह बुलाईए। वाहिगुरु जी का खालसा वाहिगुरु जी की फतेह। सियाने कहिंदे आ लम्हों ने खता की सदियों ने सजा पाई। समां बीतिया ते समें दे नाल जदों संताली दे विच सानू यादियां मिलियां, सानू तां नहीं मिली पर जिहड़ियां कौमां नूं मिलियां उस टाइम जिहड़े साडे लीडर सी ओह उस समें दे हाणी नहीं सी, जिहदी वजह करके अज अहीं इत्थे बैठे हां। इक साडा मोर्चा मोहाली लगा है, इक जिमीदार उधर बैठे ने। सियाने कहिंदे हाथी के पाओ में सबका पाओ, जे साडा घर होवे असी अपनी होनी दे मालक आप बनीए ते सानू ए इतना तां ना रोलना तां ना पवे। गुरु जी का फरमान है अंधा आगू जे थिए क्यों पादर जाने, आप मुझसे मत होछिए क्यों राह पिछाने, क्यों राह जावे मैल पावे अंध की मत अंधली, बिन नाम हार के काश ना सूझे अंध बूढ़े धंधली, दिन रात चानन चाओ उपजे शब्द गुर का मन वसे, कर जोड़ गुर पे कर बेनती राव पादर गुर दस। सो जिन्हां लोकां नूं असीं आगू चुनिया ओह उस लायक नहीं सन जिहदी करके अज बहुत कुछ होया। गुरु का सिख बहुत कुछ बोलिया, आप जी ने सुनिया, पर ये भी गल्लां ते कठ नाल ही होणियां ना, कठ के मिलके सिर जोड़ के बैठोगे कि अगला रस्ता की अख्तियार करना है, ता ही होना। कला कला तो जो मर्जी असी कह जाइए कले कले नाल कुछ नहीं होना। अज भी साडे इकट्ठ ना हो करके समय दे लीडरां ने इहो जे कारनामे कीते कि गुरु के सिखां दा साडे लीडरां तों भरोसा उठ गया। ये भरोसे की वजह करके बेभरोसी की वजह करके अज आ साडा हाल हो रहा। हुण जे कोई गुरु का सुख दर्द लैके कौम की अगवाई करन की कोशिश करता है ते उहदा हाल इहो ही हुंदा जो आ साडे बच्चियां दा हो रहा। इस तों पहलों भी किन्ने सिंघ बैठे ने
आप समय समय सब कुछ जानते हो, आप जी ये भी जानते हो किसे मौके गुरु के सिखा ने जदों श्रोमणी कमेटी तैयार कीती सी बनाई सी जां श्रोमणी अकाली दल बनिया सी ए सिखी दे बोलबाले वास्ते बने सी ते बोलबाला तां नहीं ना होया जे बाबा जरनैल सिंह जी ने गल कीती ते उहनां नूं वी इहनां दे विचों साडे श्रोमणी अकाली दल ने श्री हरिमंदर साहिब ते अटैक कराया गया। अज श्री दरबार साहिब सतगुरु रामदास दे घर श्री गुरु ग्रंथ साहिब दे 40-50 इहो जिहे शब्द ने जिहड़े गैरत नूं हूणा देंदे आ उहनां ते बैन लगा पिया वी इहनां दा तां कीर्ति नहीं कर सकदे कीर्तनीए इह वी आप जी नूं पता है। जिहड़ा वी कोई गुरु का सिख सुणदा है सतगुरु कहिंदे वी जे एक जुल्म कर रहा एक ते हो रहा है एक वेख के जो कोल दी लंघ जांदा नंगर वाला ये ना समझे भी मैं बच गया है या मैं बरी हो गया है ओ ओदा साथी है जेड़ा जुल्म कर रहा ये सारे गुरु के सिखा दी ऐदे सिख जिम्मेवारी बनदी आ कि ऐदे विच शामिल होवो ताके कोई रस्ता जे आ बच्चियां नाल कोई अनहोनी वरतदी आ ते मैनू नहीं लगता कि छेती फिर कोई बच्चा उठ के पौन की अगुवाई करेगा। सो इन सारिया गलों का तो एक ही हल है भाई पहलो सिर जोड़ो सिर जोड़ के बैठो जेडे साडे कौम दी अजे भी काफी सारे वख-वख खावां दे महापुरख ने जथेबंदियां बड़ियां ने गुरु का हुक्म आ वैदा संदा संगे इकट्ठा होया ओ खुदाए रास विच आप खलोया जो जो उन्हां कर्म सो कर्म होए पसरिया हर हां दुख रोग सा पाप तन ते खिसरिया पंथ दी जो हालात हन उन्हां ते सिर जोड़ के बैठण साडे आगू ते असीं किधर जाणा असीं तां इन्हां दे मगर ही चलांगे। सो तां ही पंथ दे मसले हल होणगे। सो समा उन्ना की आ मेरा विचार आ भी जिन्ना सानू मिलिया मैं वो निभा लिया है। सो कोई बोलिया चालिया माफ करना फतेह गजाइए वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। अगले बुलारे गुरजीत सिंह जी घग्गा पातड़ा तो ते उस तो अगले बुलारे मेरे छोटे वीर रणजीत सिंह जी दमदमी टकसाल। गुरजीत सिंह जी घग्गा पातड़ा तो गुरु प्यारी साध संगत जी गज के फतेह बुलाओ वाहेगुरु जी का खालसा वाहेगुरु जी की फतेह। बिल्कुल ठंडे हो चुके तुसीं बिल्कुल ठंडे ऐ सिख कहाउण दा कोई फायदा नहीं गज के फतेह बुलाओ वाहेगुरु जी का खालसा वाहेगुरु जी की फतेह। गल करदे आं पहला भरोसे दी बाबा बिधि चंद जी ने गुरु हरगोबिंद पातशाह दे भरोसा रख के बलदी पट्ठ दे विच बह गए सी। जे उन्हां नूं भरोसा सी अपने गुरु ते ओह तां बैठे आपां इत्थे बैठे आ अपने गुरु ते भरोसा रख के लाल होई पट्ठ दे पिछे गुरु साहब ने क्रोम भी नहीं जन्म दिता सी क्रोम भी यह मोर्चा लगे गुरु के भरोसे मोर्चा जित के जावे सिंह पार करवावे जेड़े मर जीवड़े ने प्यारे हो दो दिन के अंदर अंदर लखीर खीरेंगे जीने लेकिन लीडर ने साड़ी फटक फलवाई है
ਅਸੀਂ ਮਜ਼ਾਕ ਦਾ ਪੱਤ ਬਣ ਕੇ ਰਹਿ ਗਏ। ਆਰ ਪਾਰ ਦੀ ਲੜਾਈ ਦੀ ਜੰਗ ਨਹੀਂ ਮੈਂ ਐਲਾਨ ਕਰਾਂਗੇ। ਦੋ ਵਾਰ ਅੰਦਰ ਅੰਦਰ ਲਕੀਰ ਖਿੱਚਾਂਗੇ ਤਿਆਰ ਹੋ ਜਾਓ। ਹਾਰ ਕੇ
सानू जिगरे वाले चोले की जरूरत है ना कि संगत नू डराउण वाले दी। असी मरन नू तैयार हां। मैं थोड़ा बड़ा ऐलान करदा जे तुम माता नू जां इक सिंह नू भी कुछ भी होया मैं अपने आप नू नाल दी नाल खत्म करूंगा। जिहड़ी जवान कर ली वह पूरी करांगे तुहाडे सामने। सानू भुखड़ दाणा की जरूरत नहीं, असी अपना खून डोलांगे। आ मामा पिछे आपदे जोधिया पिछे जे कोई कौम नू खड़ी करन वाला जोधा है तां उहनू भाई बचा लो जे बचाया जा सकदा है। पहला पुराने जोधिया तो आपां नू समझ नहीं गए, बाद च अफसोस ते इकट्ठे हो जाने बरसियां मनाउण जोगे रह जाने। पहला दीप सिद्धू ने जोर लाया सू नू जगाउण वास्ते, उहदी कली मन्नी, फिर उन्होंने को के मारिया, फिर लखां दा इकट्ठ कर लिया। ओए मूर्खो कहड़ी बिरती है तुहाडी, ओह लखां दे इकट्ठ लो बाद च की कराउणा जदों सिंगल चले गए। बाज आ जाओ, बाज आ जाओ, जुट हो जाओ कि झंडे थले। असी तां चढ़ाई कर जानी है पर आए नहीं जांदे। उस कलगीधर पातशाह तो गुरु महाराज अगे अरदास करके जाऊंगा इस धरती तो भी सच्चे पातशाह जी सानू किसे सचखंड की जरूरत नहीं। इत्थे ड्यूटी ला चार शहीदां दीआं रूहां होर दे, इह कुत्तिआं नू चुगांगे असी। जे जहां जज ना फूके तां दस्सिओ तुसीं जिउंदे कुछ नहीं कर सकदे। असीं मरके करके दिखावांगे तुहानूं। सानू गुरु दे भरोसा है। साडे इलाके दे बच्चे मालवे दे विच जगह जगह डेरे बने पए ने सियाणे सप्पिआं दे। आ भूत प्रेत ने जी आए पाए असीं दिखावांगे तुहानूं वी गुरु दे खालसे शहीद हो के की करन जांदे ने। जे नक च दम ना लिया जाता है सारिया ने तां कहो हुण गज के भाई पंज जगारे लाने ने आपां। जे तां गुरु दे खालसे हो तां गज के जवाब दिओ, मरियां जमीन वाले मैं को जवाब ना दिओ। वाहिगुरु जी का खालसा, वाहिगुरु जी की फतेह। आई हुई समूह संगत का धन्यवाद किया जाता है जिहड़े सवेर तो लैके अपने कामकार छड्ड के इस मोर्चे में हाजरी भर रहे हैं। समूह संगत का धन्यवाद किया जाता है। अगले बुलारे मेरे छोटे वीर रणजीत सिंह जी दमदमी टकसाल तो। ਵਾਹਿਗੁਰੂ ਦੇਖ ਦੇਖ ਦੇ ਧਨੀ ਕਲਮ ਦੇ ਲਿਖਾਰੀ ਜ਼ੁਲਮ ਦੇ ਸ਼ਿਕਾਰੀ ਨੀਲੇ ਦੇ ਸ਼ਾਹ ਸਵਾਰ ਖਾਲਸਾਈ ਫੌਜਾਂ ਦੇ ਸਰਦਾਰ ਕਲਗੀਧਰ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਬਖਸ਼ੀ ਹੋਈ ਸਭ ਤੋਂ ਪਹਿਲਾਂ
मुबारक फतेह दी सांझ करिए। गज के आखो वाहेगुरु जी का खालसा वाहेगुरु जी की फतेह। खालसा जी 1 जून 1984 नूं श्री दरबार साहब उत्ते हमला होया, जदों भाई महंगा सिंह बब्बर की शहादत हुई। 1 जून 2015 नूं श्री गुरु ग्रंथ साहिब जी महाराज जी का स्वरूप जो बुरज जवाहर के तो चोरी होया। 1 जून 2015 तो जो श्री गुरु ग्रंथ साहिब जी महाराज जी दियां बेअदबियां दा दौर शुरू होया सी, वह अज भी निरंतर जारी है। लगातार गुरु साहिबाना दियां बेअदबियां हो रही है। दूजे पासे साडे बंदी सिंह जथेदार भाई जगतार सिंह जी हवारा, भाई जगतार सिंह जी तारा, भाई परमजीत सिंह भ्योरा, भाई बलवंत सिंह राजोआना, प्रोफेसर दविंदरपाल सिंह भुल्लर, भाई गुरदीप सिंह खैड़ा, भाई गुरमीत सिंह इंजीनियर, भाई लखविंदर सिंह, भाई शमशेर सिंह, जो तकरीबन 25-30 सालों तो 2-3 दहाकियां तो भारत दियां वख-वख जेलां दे विच नजरबंद आ, अपनियां सजावां भी पूरियां कर चुके आ, पर उहनां नूं रिहा नहीं कीता जा रिहा है। यह आ हिंदुस्तान का अखौती कानून और हिंदुस्तान का अखौती जिहड़ा संविधान। साडे पहले जिहड़े बंदी सिंह आ ओह तां रिहा नहीं होए, पर साडे होरां सिंघां नूं संघर्षशील गुरसिखां नूं भी बंदी बना दिता गया आ। भाई अमृतपाल सिंह अते उन्हां दे साथियां नूं अते तीसरा पासा भी जेकर आपां देख लईए, जिथे लगातार सिख कौम दा इतिहास शहीदियां नाल भरिया होया आ, सिख कौम शहीदां दी कौम आ, उत्थे हुण होर भी लगातार सिंघां दीआं शहीदियां हो रहियां आ। पिछले समय दे विच खालिस्तान कमांडो फोर्स दे मुखी जरनैल भाई परमजीत सिंह पांजवर दी शहादत होई पाकिस्तान दे विच, भाई अवतार सिंह खंडा नूं इंग्लैंड दे विच शहीद कर दिता गया, अते इसे तरह कनेडा दे विच भाई हरदीप सिंह निज्जल नूं शहीद कर दिता गया। इस तों पहला एक्सीडेंट दी आड़ हेठ कौमी योधे भाई संदीप सिंह दीप सिद्धू नूं साडे तों खोया गया, अते पंथ अते पंजाब दी गल करन वाले गायक शुभदीप सिंह सिद्धू मूसेवाला नूं भी जिहड़ा कतल कर दिता गया। हिंदुस्तान सरकार की यह नीति बन चुकी है कि जेकर एक बंदी सिंह नूं रिहा करना पै जावे तो 50 जिहड़े होर नवें सिंह उह फड़ लए जाण, ते जेकर कोई भी नौजवान पंथ की गल करदा आ, पंजाब की गल करदा आ, सिखी दे प्रचार प्रसार की गल करदा आ, ते उहनूं जेलां दे विच जिहड़ा आ उह धक्क दित्ता जावे, जां उहनूं किसी बहाने चाहे गोली मार के, चाहे जहर दे के, ते चाहे एक्सीडेंट की आड़ हेठ उहनूं शहीद कर दिता जावे। चौथा पासा आपां भी देख सकते हैं कि अज साडे ये सिंह जेलां दे विच भुखे बैठे हुए आ, भुख हड़ताल ते आ, इत्थे साडियां जिहड़ियां मावां आ, साडे जिहड़े परिवार आ, ओह भुख हड़ताल ते बैठे हुए आ। यह हिंदुस्तान दे हिंदू हाकमां दे वल्लों साडी जिहड़ी भारी दुर्गति जिहड़ी आ ओह कीती जा रही आ। हिंदुस्तान चाहुंदा आ कि सिखां दा जिहड़ा सिदक आ उहनूं तोड़िया जावे, ਉਹ ਸਾਡੀ ਹਿੰਦੁਸਤਾਨ ਸਾਡੀ ਅਣਖ ਨੂੰ ਮਾਰਨਾ ਚਾਹੁੰਦਾ ਆ, ਉਹ ਸਾਨੂੰ ਨੀਵਾਂ ਵਿਖਾਉਣਾ ਚਾਹੁੰਦਾ ਆ, ਸਾਡੇ ਸਬਰ ਨੂੰ ਤੋੜਨਾ ਚਾਹੁੰਦਾ ਆ। ਪਰ ਹਿੰਦੁਸਤਾਨ ਦੇ ਹਿੰਦੂ ਹਾਕਮਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਸ ਤਰ੍ਹਾਂ ਸਾਡਾ ਸਬਰ ਨਹੀਂ ਟੁੱਟਣ ਵਾਲਾ, ਇਸ ਤਰ੍ਹਾਂ ਸਾਡਾ ਸਿਦਕ ਅਸੀਂ ਡੋਲਣ ਨਹੀਂ ਵਾਲੇ। ਅਸੀਂ ਤਾਂ ਉਦੋਂ ਨਹੀਂ ਡੋਲਦੇ ਜਦੋਂ ਸਾਡੇ ਸਰੀਰ ਦੇ ਉੱਤੇ ਭਾਈ ਮਤੀਦਾਸ ਜੀ ਦੇ ਸਰੀਰ ਦੇ ਉੱਤੇ ਜਦੋਂ ਆਰਾ ਚੱਲਦਾ ਪਿਆ ਸੀ, ਭਾਈ ਮਤੀਦਾਸ ਜੀ ਨੇ ਆਖਿਆ ਸੀ ਨਾ ਕਿ ਆਰਾ ਪਿਆਰਾ ਲਗਤ ਹੈ, ਭਾਈ ਮਤੀਦਾਸ ਜੀ ਦੀ ਸ਼ਹਾਦਤ ਹੋ ਰਹੀ ਸੀ, ਪਰ ਉਦੋਂ ਵੀ ਉਹ ਸਿੱਖ ਜਪਜੀ ਸਾਹਿਬ ਜੀ ਦੀ ਗੁਰਬਾਣੀ ਪੜ੍ਹ ਰਿਹਾ ਸੀ। ਅਸੀਂ ਤਾਂ ਉਦੋਂ ਨਹੀਂ ਡੋਲੇ ਜਦੋਂ ਸਾਡੇ ਬੰਦ ਜਿਹੜੇ ਆ ਉਹ ਕੱਟੇ ਗਏ, ਜਦੋਂ ਟੈਂਕਾਂ ਤੋਪਾਂ ਦੇ ਅੱਗੇ ਸਿੱਖ ਨੌਜਵਾਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਅਗਵਾਈ ਦੇ ਹੇਠ ਆਪਣੇ ਜਿਹੜੀਆਂ ਛਾਤੀਆਂ ਸੀ ਉਹ ਡਾਹੀਆਂ, ਸੋ ਅਸੀਂ ਡੋਲਣ ਵਾਲੇ ਨਹੀਂ ਆ। ਹਿੰਦੁਸਤਾਨ ਉਹ ਚਾਹੁੰਦਾ ਆ ਕਿ ਸਿੱਖ ਜਿਹੜੇ ਆ ਉਹ ਧੋਣ ਸੁੱਟ ਕੇ ਨੀਵੀਂ ਨੀਵੀਂ ਪਾ ਕੇ ਤੁਰੇ, ਪਰ ਸਿੱਖ ਨੇ ਜਿਹੜਾ ਹਮੇਸ਼ਾ ਆ ਉਹ ਅਣਖ ਦੇ ਨਾਲ ਹੀ ਤੁਰਨਾ ਆ।
हिंदू हाकमां नूं अज आपां दस दईए कि सिर जावे तां जावे साडा सिखी सिदक ना जावे। सिर जावे तां जावे साडा सिखी सिदक ना जावे। साडा सिखी सिदक ना जावे साडा सिखी सिदक ना जावे। सिर जावे तां जावे साडा सिखी सिदक ना जावे। सिर जावे तां जावे साडा सिखी सिदक ना जावे। असीं सिखी सिदक तो नहीं डोलन वाले। हिंदुस्तान का हिंदू हाकम ਇਹ ਗੱਲ ਨੂੰ ਪੱਲੇ ਬੰਨ ਲਵੇ। 16 ਤਰੀਕ ਤੋਂ ਸਾਡੇ ਭਾਈ ਅਮਰਤਪਾਲ ਸਿੰਘ ਅਤੇ ਸਾਥੀ ਸਿੰਘ ਭੁੱਖ ਹੜਤਾਲ ਤੇ ਆ, 22 ਤਰੀਕ ਤੋਂ ਸਾਡੀਆਂ ਮਾਵਾਂ ਭੁੱਖ ਹੜਤਾਲ ਤੇ ਆ, ਪਰ ਇਹ ਭਗਵੰਤ ਮਾਨ ਜਿਹੜਾ ਬਿਆਨਤੇ ਬੁੱਚੜ ਦਾ ਹੀ ਰੂਪ ਆ, ਉਹ ਚਾਹੁੰਦਾ ਆ ਕਿ ਇਹ ਡੋਲ ਜਾਣਗੇ, ਇਹ ਝੁੱਕ ਜਾਣਗੇ, ਇਹ ਲਿਫ ਜਾਣਗੇ, ਪਰ ਨਹੀਂ, ਸਾਡਾ ਜਿਹੜਾ ਸੰਘਰਸ਼ ਆ ਉਹ ਜਾਰੀ ਰਹੇਗਾ। ਤੇ ਜਦੋਂ ਜਦੋਂ ਵੀ ਕੋਈ ਨੌਜਵਾਨ ਪੰਥ ਅਤੇ ਪੰਜਾਬ ਦੀ ਗੱਲ ਕਰਦਾ ਆ, ਉਹਦੇ ਉੱਤੇ NSA ਲੱਗ ਰਹੀ ਏ, ਕਿਸੇ ਉੱਤੇ UAPA ਦੇ ਕੇਸ ਪਾਏ ਜਾ ਰਹੇ ਆ, ਕਿਸੇ ਉੱਤੇ ਟੈਰਰ ਫੰਡਿੰਗ ਦੇ ਕੇਸ ਪਾਏ ਜਾ ਰਹੇ ਆ, ਕਿਸੇ ਉੱਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਦੇ ਅਤੇ ਹੋਰ ਤਰ੍ਹਾਂ ਦੇ ਜਿਹੜੇ ਕੇਸ ਆ ਉਹ ਪਾਏ ਜਾ ਰਹੇ ਆ, ਪਰ ਫਿਰ ਵੀ ਜਿਹੜੇ ਸਿੱਖ ਆ ਉਹ ਡੋਲਣ ਵਾਲੇ ਨਹੀਂ, ਉਹ ਝੁਕਣ ਵਾਲੇ ਨਹੀਂ, ਉਹ ਲਿਖਣ ਵਾਲੇ ਨਹੀਂ। ਆ ਤੁਸੀਂ ਜਿੰਨੇ ਵੀ ਇੱਥੇ ਬੈਠੇ ਹੋ, ਇਹ ਸਿੱਖੀ ਨੂੰ ਪਿਆਰ ਕਰਨ ਵਾਲੇ ਹੋ, ਸੰਘਰਸ਼ ਨੂੰ ਪਿਆਰ ਕਰਨ ਵਾਲੇ ਹੋ, ਤੇ ਜਿੰਨੇ ਨੌਜਵਾਨ ਵੀਰ ਭੈਣ ਭਰਾ ਇੱਥੇ ਆਏ ਹੋਏ ਆ, ਜਿਹੜੇ ਸਿੱਖੀ ਨੂੰ ਪਿਆਰ ਕਰਦੇ ਆ, ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਦੇ ਆ, ਉਹਨਾਂ ਸਾਰਿਆਂ ਨੂੰ ਦਾਸ ਵੱਲੋਂ ਵੀ ਬੇਨਤੀ ਆ ਕਿ ਸਾਰੇ ਜਾਣੇ ਗੁਰਬਾਣੀ ਦੇ ਨਾਲ ਜੁੜੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਕਿਉਂਕਿ ਸਾਨੂੰ ਜਿਹੜੀ ਜੂਝਣ ਦੀ ਸ਼ਕਤੀ ਮਿਲਣੀ ਹੈ, ਤਾਕਤ ਮਿਲਣੀ ਹੈ, ਉਹ ਗੁਰਬਾਣੀ ਤੋਂ ਮਿਲਣੀ ਹੈ, ਖੰਡੇ ਬਾਟੇ ਦੇ ਅੰਮ੍ਰਿਤ ਤੋਂ ਮਿਲਣੀ ਹੈ, ਤੇ ਗੋਰੇ ਇਤਿਹਾਸ ਤੋਂ ਮਿਲਣੀ ਹੈ। ਕਲਗੀਧਰ ਦੇ ਪੁੱਤਰੋ ਧੀਓ ਅੰਮ੍ਰਿਤਧਾਰੀ ਹੋ ਕੇ ਜੀਓ, ਇਹੀ ਗੱਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਕਹਿੰਦੇ ਰਹੇ, ਇਹੀ ਗੱਲ ਸਾਡੇ ਖਾਲਿਸਤਾਨੀ ਜੁਝਾਰੂ ਸਿੰਘ ਕਹਿੰਦੇ ਰਹੇ, ਇਹੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਨੇ ਦੁਹਰਾਈ ਸੀ, ਕਿਉਂਕਿ ਸਾਡੇ ਯੋਧਿਆਂ ਨੇ ਫਸਲਾਂ ਅਤੇ ਨਸਲਾਂ ਦੀ ਜਿਹੜੀ ਰਾਖੀ ਆ ਉਹ ਕੀਤੀ। ਤਾਂ ਹੀ ਕੌਮੀ ਯੋਧਾ ਭਾਈ ਸੰਦੀਪ ਸਿੰਘ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਗੱਲ ਇਕੱਲੀ ਖੇਤੀ ਬਿੱਲਾਂ ਦੀ ਨਹੀਂ ਆ, ਖੇਤੀ ਕਾਨੂੰਨਾਂ ਦੀ ਨਹੀਂ, ਗੱਲ ਸਾਡੀ ਹੋਂਦ ਦੀ ਆ। ਉਹ ਕਹਿੰਦਾ ਹੁੰਦਾ ਸੀ ਕਿ ਗੱਲ ਕਣਕਾਂ ਦੀ ਨਹੀਂ, ਗੱਲ ਸਾਡੀਆਂ ਅਣਖਾਂ ਦੀ ਆ, ਗੱਲ ਫਸਲਾਂ ਦੀ ਨਹੀਂ, ਗੱਲ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਰਾਖੀ ਦੀ ਆ। ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਵਾਸਤੇ, ਜਾਂ ਜਿਹੜੀ ਸਾਡੀ ਨਸਲ ਨਸ਼ਿਆਂ ਦੇ ਵਿੱਚ ਰੁੜਦੀ ਜਾ ਰਹੀ ਸੀ, ਉਹਨੂੰ ਬਚਾਉਣ ਦਾ ਜਿਹੜਾ ਯਤਨ ਹੈ ਉਹ ਕੀਤਾ। ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਗੁਨਾਹ ਨਹੀਂ ਕੀਤਾ। ਹਿੰਦੁਸਤਾਨ ਦੇ ਹਿੰਦੂ ਹਾਕਮ ਉਹ ਦੱਸਣ ਕਿ ਅੰਮ੍ਰਿਤ ਛਕਣਾ ਜਾਂ ਨਸ਼ੇ ਛਡਾਉਣਾ ਕਿ ਇਹ ਗੁਨਾਹ ਆ, ਜੇਕਰ ਇਹ ਗੁਨਾਹ ਆ ਤੇ ਇਹ ਜਿਹੜਾ ਗੁਨਾਹ ਆ ਉਹ ਹਰੇਕ ਸਿੱਖ ਕਰਨ ਨੂੰ ਤਿਆਰ ਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਗੁਰਬਾਣੀ ਦਾ ਬੜਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ, ਪਰ ਸੰਤਾਂ ਨੂੰ ਵੀ ਹਿੰਦੂ ਹਾਕਮਾਂ ਨੇ ਉਸ ਸਮੇਂ ਨਿੰਦਣ ਦਾ, ਭੰਡਣ ਦਾ, ਬਦਨਾਮ ਕਰਨ ਦਾ ਬੜਾ ਜਿਹੜਾ ਯਤਨ ਆ ਉਹ ਕੀਤਾ। ਅੱਜ ਵੀ ਆਪਾਂ ਦੇਖਦੇ ਹਾਂ ਕਿ ਭਾਰਤੀ ਮੀਡੀਆ ਕਿਵੇਂ ਸੰਤਾਂ ਨੂੰ ਹਿੰਦੂਆਂ ਦਾ ਕਾਤਲ ਕਹਿ ਕੇ, ਦਹਿਸ਼ਤਗਰਦ ਕਹਿ ਕੇ, ਅੱਤਵਾਦੀ ਕਹਿ ਕੇ, ਵੱਖਵਾਦੀ ਕਹਿ ਕੇ ਜਿਹੜਾ ਨਿੰਦਦਾ ਆ ਉਹ ਭੰਡਦਾ ਆ, ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਿਹਾ ਕਰਦੇ ਸਨ ਕਿ ਸਾਡਾ ਜਾਤੀ ਤੌਰ ਤੇ ਕਿਸੇ ਨਾਲ ਕੋਈ ਵੈਰ ਨਹੀਂ, ਨਾ ਹੀ ਕਿਸੇ ਦੇ ਨਾਲ ਕੋਈ ਈਰਖਾ ਆ, ਪਰ ਜੇਕਰ ਕੋਈ ਸਾਡੇ ਧਰਮ ਉੱਤੇ ਹਮਲਾ ਕਰੇਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਕਰੇਗਾ, ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਪੱਟ ਲੁੱਟੇਗਾ ਤੇ ਖਾਲਸਾ ਬਰਦਾਸ਼ਤ ਨਹੀਂ ਕਰੇਗਾ। ਉਹ ਕਹਿੰਦੇ ਸਨ ਕਿ ਹਿੰਦੂ ਪੱਕਾ ਹਿੰਦੂ ਬਣੇ, ਮੁਸਲਮਾਨ ਪੱਕਾ ਮੁਸਲਮਾਨ ਬਣੇ ਤੇ ਸਿੱਖ ਪੱਕਾ ਸਿੱਖ ਬਣੇ। ਆਓ ਅਸੀਂ ਸਾਰੇ ਆਪਣੇ ਸ਼ਹੀਦਾਂ ਜੁਝਾਰੂਆਂ ਦੇ ਬੋਲਾਂ ਦੇ ਉੱਤੇ ਪਹਿਰੇ ਦਈਏ, ਅਸੀਂ ਸਿੱਖ ਧਰਮ ਦੇ ਵਿੱਚ ਜਿਹੜਾ ਪਰਪੱਕ ਆ ਉਹ ਹੋਈਏ। ਆ ਜਿਵੇਂ ਦੀਪ ਸਿੱਧੂ ਵੀਰ ਨੂੰ ਭਾਰਤੀ ਮੀਡੀਆ ਵੱਲੋਂ ਬੜਾ ਬਦਨਾਮ ਕੀਤਾ ਗਿਆ ਸੀ, ਗਦਾਰ ਤੇ ਜਿਹੜੇ ਸਰਟੀਫਿਕੇਟ ਆ ਦਿੱਤੇ ਗਏ, ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਜੇਲ੍ਹ ਦੇ ਵਿੱਚ ਤੁੰਨ ਕੇ ਲਗਾਤਾਰ ਬਦਨਾਮ ਕੀਤਾ ਜਾਂਦਾ ਆ, ਇਸੇ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦੇ ਖਿਲਾਫ ਵੀ ਸਰਕਾਰ ਨੇ ਇੱਕ ਬੜਾ ਵੱਡਾ ਨੈਰੇਟਿਵ ਬਿਰਤਾਂਤ ਸਿਰਜਿਆ ਸੀ।
कि जिहड़े भारतीय लोग आ पंजाबी लोग आ ये संतां दे खिलाफ हो जाण, उहनां नूं हिंदुआं दा कातल कहा गया। पर आपां सारिआं नूं पता आ कि जदों बाबा ठारा सिंह जी ते भाई अमरीक सिंह जी उह गुरदासपुर दी जेल दे विच गए ते जदों उहनां दी रिहाई होई संतां नूं आ के आखिआ कि गुरदासपुर दी जेल दे विच कोई भी धार्मिक स्थान नहीं है ते गुरदासपुर दी जेल दे विच संत बाबा जरनैल सिंह जी खालसा भिंडरां वालिआं ने जिथे गुरद्वारा साहब बनाया उत्थे नाल नाल मंदिर दी उसारी भी करवा के दित्ती। हैरानी दी गल आ कि जिस इंसान नूं पूरा भारती मीडिया वह हिंदुआं दा दुश्मन कहिंदा आ उही इंसान हिंदुआं दे वास्ते गुरदासपुर दी जेल दे विच जिहड़ा मंदिर बना के दिंदा आ ते उस मंदिर दे विच 6000 दी मूर्ति स्थापित कीती जांदी आ संत जरनैल सिंह जी वल्लों तां जो हिंदू कैदी जिहड़े आ उह पूजा कर सकन। इसे तरह रामायण नूं अग लगदी आ कपूरथले दे विच ते उहदे केस वास्ते वकीलां नूं फीस संत जरनैल सिंह जी खालसा भिंडरां वालिआं वल्लों दित्ती जांदी है। संत जी कहिंदे सन कि किसी भी धार्मिक ग्रंथ नूं जिहड़ी आग्या नहीं लगनी चाहीदी, बेअदबी नहीं होनी चाहीदी। पर इत्थे तां वेखो कि हिंदुस्तान दे विच श्री गुरु ग्रंथ साहिब महाराज जी दीआं वी जिहड़ीआं बेअदबियां आ उह हो रहीआं आ। एक बार संत जरनैल सिंह जी खालसा भिंडरां वाले जलालाबाद विखे प्रचार करन गए, उत्थे एक हुकमचंद नाम दा हिंदू आया। संतां नूं आके कहण लगा कि संत जी मेरी जवान धी आ उहनूं एक लालचंद नां दा बदमाश चुक के लै गया आ। मैं पुलिस तक भी पहुंच कीती, हिंदू जथेबंदियां दे कोल भी गया पर किसे ने मेरी गल नहीं सुनी। संत जी मेरी मदद करो क्योंकि 18वीं सदी दे विच जिहड़े सिंह सूरमे ओह हिंदुआं दीआं बहु बेटियां गजनी दे बाजारां दे विचों बचा के लिआउंदे रहे आ। संतां ने आख्या कि भाई जे तां तेरी गल सच्ची होई ਤਾਂ ਸ਼ਾਮ ਦੇ 5 ਵਜੇ ਤੱਕ ਜਿਹੜੀ ਤੇਰੀ ਧੀ ਆ ਉਹ ਘਰ ਹੋਵੇਗੀ। ਸੰਤ ਜਰਨੈਲ ਸਿੰਘ ਜੀ ਨੇ ਭਾਈ ਮਹਿੰਦਰ ਸਿੰਘ ਸਾਈਆਂ ਵਾਲੇ ਦੀ ਡਿਊਟੀ ਲਗਾਈ ਤੇ 5:45 ਵਜੇ ਉਸ ਹੁਕਮ ਚੰਦ ਦੀ ਜਿਹੜੀ ਧੀ ਸੀ ਉਹ ਲਾਲ ਚੰਦ ਬਦਮਾਸ਼ ਦੇ ਕੋਲੋਂ ਛੁਡਾ ਕੇ ਤੇ ਉਹਦੇ ਘਰ ਪਹੁੰਚਾ ਦਿੱਤੀ ਸੀ। ਉਸ ਧੀ ਦੇ ਕੋਲੋਂ ਜਾ ਕੇ ਕਦੀ ਪੁੱਛਿਓ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੀ ਹਿੰਦੂਆਂ ਦੇ ਦੁਸ਼ਮਣ ਸਨ। ਇਸੇ ਤਰ੍ਹਾਂ ਹੁਸ਼ਿਆਰਪੁਰ ਦੀ ਗੱਲ ਆ ਕਿ ਟਾਂਡੇ ਸ਼ਹਿਰ ਦੀ ਉੱਥੇ ਵੀ ਇੱਕ ਲੜਕੀ ਸੀ ਹਿੰਦੂ ਪਰਿਵਾਰ ਦੀ। ਉਹ ਸੰਤਾਂ ਦੇ ਕੋਲ ਆਈ ਕਿ ਮੈਨੂੰ ਮੇਰਾ ਸਹੁਰਾ ਪਰਿਵਾਰ ਬਹੁਤ ਤੰਗ ਕਰਦਾ ਆ। ਸੰਤਾਂ ਨੇ ਸਿੰਘਾਂ ਦੀ ਡਿਊਟੀ ਲਗਾ ਕੇ ਉੱਥੇ ਸਹੁਰੇ ਪਰਿਵਾਰ ਨੂੰ ਬੁਲਾਇਆ ਤੇ ਕਿਹਾ ਕਿ ਇਹ ਹਿੰਦੂਆਂ ਦੀ ਧੀ ਨਹੀਂ, ਇਹ ਅੱਜ ਤੋਂ ਮੇਰੀ ਧੀ ਆ, ਦੱਸੋ ਤੁਹਾਨੂੰ ਕਿੰਨਾ ਦਾਜ ਚਾਹੀਦਾ ਆ, ਕਿੰਨੇ ਪੈਸੇ ਚਾਹੀਦੇ ਆ। ਸਹੁਰਾ ਪਰਿਵਾਰ ਮਾਫੀਆਂ ਮੰਗਣ ਲੱਗ ਪਿਆ ਤੇ ਅੱਜ ਤੱਕ ਉਹ ਜਿਹੜੀ ਧੀ ਆ ਉਹ ਸੁਖੀ ਵਸਦੀ ਪਈ ਆ। ਆਹ ਅੰਮ੍ਰਿਤਸਰ ਦੀ ਗੱਲ ਆ, ਇੱਥੋਂ ਦਾ ਇੱਕ ਕੈਲਾਸ਼ ਚੰਦਰ ਦੁਕਾਨਦਾਰ ਸੀ, ਉਹਦੀ ਦੁਕਾਨ ਨੂੰ ਕਿਸੇ ਸ਼ਰਾਰਤੀਆਂ ਨੇ ਅੱਗ ਲਗਾ ਦਿੱਤੀ ਤੇ ਉਹਨੂੰ ਆ ਕੁਝ ਸ਼ਿਵ ਸੈਨਿਕ ਬਾਂਦਰ ਸੈਨਾ ਵਾਲੇ ਕਹਿਣ ਲੱਗੇ ਕਿ ਤੂੰ ਪੁਲਿਸ ਦੇ ਕੋਲ ਸੰਤਾਂ ਦੇ ਸਿੰਘਾਂ ਦਾ ਨਾਮ ਲੈ ਦੇ ਕਿ ਸੰਤ ਭਿੰਡਰਾਂ ਵਾਲਿਆਂ ਦੇ ਬੰਦਿਆਂ ਨੇ ਤੇਰੀ ਦੁਕਾਨ ਨੂੰ ਅੱਗ ਲਾਈ ਏ। ਪਰ ਉਹ ਸੱਚਾਈ ਤੇ ਡਟਿਆ ਰਿਹਾ, ਉਹ ਕਹਿਣ ਲੱਗਾ ਕਿ ਨਹੀਂ, ਮੈਨੂੰ ਤੇ ਪਤਾ ਹੀ ਨਹੀਂ ਦੁਕਾਨ ਨੂੰ ਅੱਗ ਕਿਹਨੇ ਲਾਈ ਏ। ਉਹ ਕੈਲਾਸ਼ ਚੰਦਰ ਸਿੱਧਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਇੱਥੇ ਲੰਗਰ ਹਾਲ ਦੀ ਛੱਤ ਦੇ ਉੱਤੇ ਆਉਂਦਾ ਆ ਤੇ ਸੰਤ ਜੀ ਕਹਿੰਦੇ ਕਿ ਦੱਸੋ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਆ। ਸੰਤਾਂ ਨੇ ਨੋਟਾਂ ਦਾ ਭਰਿਆ ਹੋਇਆ ਥਾਲ ਉਹਦੇ ਅੱਗੇ ਰੱਖ ਦਿੱਤਾ ਤੇ ਕਿਹਾ ਕਿ ਤੈਨੂੰ ਜਿੰਨੀ ਵੀ ਲੋੜ ਆ ਤੂੰ ਲੈ ਜਾ। ਉਸ ਵੀਰ ਤੋਂ ਕਦੀ ਜਾ ਕੇ ਪੁੱਛਿਓ ਕਿ ਸਾਡੇ ਜਿਹੜੇ ਸਿੰਘ ਸੂਰਮੇ ਆ ਸਾਡੇ ਸ਼ਹੀਦ ਜਰਨੈਲ ਆ ਕਿ ਉਹ ਹਿੰਦੂਆਂ ਦੇ ਦੁਸ਼ਮਣ ਸਨ। ਮੇਰੇ ਕਹਿਣ ਤੋਂ ਭਾਵ ਕਿ ਭਾਰਤੀ ਮੀਡੀਆ ਜਿਵੇਂ ਸੰਤਾਂ ਨੂੰ ਬਦਨਾਮ ਕੀਤਾ, ਦੀਪ ਸਿੱਧੂ ਨੂੰ ਬਦਨਾਮ ਕੀਤਾ, ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਛਵੀ ਆ ਉਹ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ। ਸੰਤਾਂ ਨੂੰ ਹਿੰਦੂਆਂ ਦਾ ਦੁਸ਼ਮਣ ਕਿਹਾ ਜਾਂਦਾ ਨਾ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਆ। ਇੱਕ ਵੀਰ ਸੀ, ਉਹਦਾ ਨਾਂ ਸੀ ਹਿੰਦੂ ਵੀਰ ਸੀ ਦੱਤਪਾਲ। ਉਹਨੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਕਥਾ ਸੁਣੀ। ਸੰਤਾਂ ਨੇ ਰੱਖੜੀ ਵਾਲੇ ਦਿਨ ਬਾਬਾ ਬਕਾਲਾ ਸਾਹਿਬ, ਜਿਹੜਾ ਰੱਖੜ ਪੁੰਨਿਆ ਦਾ ਦਿਹਾੜਾ ਵੀ ਮਨਾਇਆ ਜਾਂਦਾ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਸੰਬੰਧਿਤ ਕਥਾ ਕੀਤੀ ਤੇ ਉਹ ਹਿੰਦੂ ਵੀਰ ਦੱਤਪਾਲ ਬੜੇ ਵੈਰਾਗ ਵਿੱਚ ਆ ਗਿਆ। ਉਹਨੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ। ਉਸ ਤੋਂ ਬਾਅਦ ਦਮਦਮੀ ਟਕਸਾਲ ਦੇ ਵਿੱਚ ਰਹਿ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਾਂ ਪਹਿਲਾਂ ਹੀ ਛਕ ਲਿਆ, ਫਿਰ ਉਹਨੇ ਗੁਰਬਾਣੀ ਦੀ ਜਿਹੜੀ ਸੰਥਿਆ ਆ ਉਹ ਕੀਤੀ, ਕਥਾ ਸਿੱਖੀ ਤੇ ਫਿਰ ਉਹ ਦੱਤਪਾਲ ਤੋਂ ਗਿਆਨੀ ਮੋਹਰ ਸਿੰਘ ਬਣਿਆ। ਤੇ ਤੁਸੀਂ ਹੈਰਾਨ ਹੋਵੋਗੇ, ਜਦੋਂ ਹਿੰਦੁਸਤਾਨ ਦੇ ਹਿੰਦੂ ਹਾਕਮਾਂ ਨੇ ਜੂਨ 1984 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਅਤੇ ਉਹਨਾਂ ਦੇ ਜੁਝਾਰੂ ਸਿੰਘਾਂ ਨੂੰ ਖਤਮ ਕਰਨ ਦੇ ਲਈ ਧਰਮ ਯੁੱਧ ਮੋਰਚੇ ਨੂੰ ਕੁਚਲਣ ਦੇ ਲਈ ਹਮਲਾ ਕੀਤਾ ਸੀ, ਤਾਂ ਉਸੇ ਦੱਤਪਾਲ ਜਿਹੜਾ ਗਿਆਨੀ
ਗਿਆਨੀ ਮੋਹਨ ਸਿੰਘ ਬਣ ਗਿਆ ਸੀ ਉਹਨੇ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਮੋਢਾ ਲਾ ਕੇ ਤੇ ਹਿੰਦੂ ਫੌਜੀਆਂ ਦੀਆਂ ਲਾਸ਼ਾਂ ਵਿਛਾਉਂਦੇ ਹੋਏ ਗਿਆਨੀ ਮੋਹਨ ਸਿੰਘ ਨੇ ਆਪਣੇ ਪਰਿਵਾਰ ਸਮੇਤ ਉੱਥੇ ਸ਼ਹਾਦਤ ਦਿੱਤੀ ਸੀ ਤੇ ਗਿਆਨੀ ਮੋਹਨ ਸਿੰਘ ਜਿੱਥੇ ਆਪ ਸ਼ਹੀਦ ਹੋਇਆ ਉੱਥੇ ਉਹਨਾਂ ਦੇ ਸਿੰਘ ਨੇ ਬੀਬੀ ਪ੍ਰੀਤਮ ਕੌਰ ਜੀ ਸ਼ਹੀਦ ਹੋਏ ਉਹਨਾਂ ਦੀਆਂ ਬੱਚੀਆਂ ਸੀ ਇੱਕ 7 ਸਾਲ ਦੀ ਦੂਸਰੀ 5 ਸਾਲ ਦੀ ਉਹਨਾਂ ਨੇ ਟੈਂਕਾਂ ਦੇ ਉੱਤੇ ਛਾਲਾਂ ਮਾਰ ਕੇ ਤੇ ਭਾਰਤੀ ਫੌਜ ਦੇ ਜਿਹੜੇ ਟੈਂਕ ਸੀ ਉਹ ਨਕਾਰਾ ਕਰ ਦਿੱਤੇ ਸਨ ਉਹ ਭਜੰਗਣਾ ਦੇ ਨਾਮ ਸੀ ਬੀਬੀ ਸਤਨਾਮ ਕੌਰ ਤੇ ਬੀਬੀ ਵਾਹਿਗੁਰੂ ਕੌਰ ਸਤਿ ਸ੍ਰੀ ਅਕਾਲ ਇੱਥੇ ਰਈਏ ਲਾਗੇ ਦੀ ਗੱਲ ਆ ਇੱਕ ਵਾਰ ਦਮਦਮੀ ਟਕਸਾਲ ਦੇ ਸਿੰਘ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਉੱਥੇ ਕਥਾ ਪ੍ਰਚਾਰ ਕਰਨ ਗਏ ਅਗਲੇ ਦਿਨ ਜਦੋਂ ਅੰਮ੍ਰਿਤ ਸੰਚਾਰ ਹੋਣਾ ਸੀ ਤਾਂ ਉੱਥੇ ਇੱਕ ਹਿੰਦੂ ਵੀਰ ਆਇਆ ਉਹਦਾ ਨਾਂ ਸੀ ਅਸ਼ੋਕ ਕੁਮਾਰ ਤੇ ਉਹ ਟਕਸਾਲ ਦੇ ਸਿੰਘਾਂ ਨੂੰ ਕਹਿਣ ਲੱਗਾ ਕਿ ਮੈਂ ਵੀ ਅੰਮ੍ਰਿਤ ਛਕਣੀ ਆ ਮੈਂ ਵੀ ਅੰਮ੍ਰਿਤ ਛਕਣਾ ਆ ਸਿੰਘਾਂ ਨੇ ਉਹਦੇ ਚਿਹਰੇ ਮੋਹਰੇ ਵੱਲ ਦੇਖਿਆ ਤੇ ਸਿੰਘਾਂ ਨੇ ਉਹਦੀ ਪਰਖ ਕਰਨ ਵਾਸਤੇ ਜਾਣ ਕੇ ਕਹਿ ਦਿੱਤਾ ਕਿ ਭਾਈ ਜੇ ਕੋਈ ਅੰਮ੍ਰਿਤ ਛੱਕ ਕੇ ਰਹਿਤ ਨਾ ਰੱਖੇ ਤੇ ਅਸੀਂ ਉਹਨੂੰ ਅੱਗ ਲਾ ਦਿੰਦੇ ਹੁੰਦੇ ਆ ਉਹ ਅਸ਼ੋਕ ਕੁਮਾਰ ਇਹ ਗੱਲ ਸੁਣ ਕੇ ਉਸੇ ਵੇਲੇ ਵਾਪਸ ਚਲਾ ਗਿਆ 20 ਮਿੰਟਾਂ ਬਾਅਦ ਅਸ਼ੋਕ ਕੁਮਾਰ ਦੁਬਾਰਾ ਆਇਆ ਤੇ ਉਹਦੇ ਹੱਥ ਦੇ ਵਿੱਚ ਇੱਕ ਪੀਪਾ ਸੀ ਜਿਹਦੇ ਵਿੱਚ ਮਿੱਟੀ ਦਾ ਤੇਲ ਸੀ ਉਹਨੇ ਸੰਤਾਂ ਨੂੰ ਤੇ ਸਿੰਘਾਂ ਨੂੰ ਆਖਿਆ ਕਿ ਜੇ ਮੈਂ ਅੰਮ੍ਰਿਤ ਛੱਕ ਕੇ ਰਹਿਤ ਨਾ ਰੱਖਾਂ ਤਾਂ ਆਹ ਮਿੱਟੀ ਦਾ ਤੇਲ ਮੇਰੇ ਉੱਤੇ ਪਾ ਕੇ ਤੇ ਤੁਸੀਂ ਮੈਨੂੰ ਅੱਗ ਲਾ ਦਿਓ ਹੈਰਾਨ ਹੋ ਗਏ ਕਿ ਉਹ ਅਸ਼ੋਕ ਕੁਮਾਰ ਅੰਮ੍ਰਿਤ ਛੱਕ ਕੇ ਭਾਈ ਹਰਦੇਵ ਸਿੰਘ ਬਣਿਆ ਤੇ ਉਹਨੇ ਵੀ ਜੂਨ 1984 ਦੇ ਘੱਲੂ ਘਰ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਸ਼ਹਾਦਤ ਦਾ ਜਾਮ ਪੀਤਾ ਸੀ ਇਸੇ ਤਰ੍ਹਾਂ ਜੂਨ 1984 ਦੇ ਘੱਲੂ ਘਾਰੇ ਤੋਂ ਬਾਅਦ ਪਤਾ ਨਹੀਂ ਕਿੰਨੇ ਸਿੰਘ ਹੋਣਗੇ ਜਿਹੜੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਪਰਿਵਾਰਾਂ ਦੇ ਵਿੱਚੋਂ ਸਨ ਜਿਨ੍ਹਾਂ ਨੇ ਖਾਲਿਸਤਾਨ ਦੀ ਆਜ਼ਾਦੀ ਦੇ ਲਈ ਸੰਘਰਸ਼ ਦੇ ਵਿੱਚ ਸ਼ਹਾਦਤਾਂ ਦੇ ਕੇ ਤੇ ਸ਼ਹਾਦਤ ਦਾ ਜਿਹੜਾ ਜਾਮ ਆ ਉਹ ਪੀਤਾ ਸੀ ਪਰ ਸਾਡੇ ਸਿੰਘਾਂ ਨੂੰ ਸਾਡੇ ਸੂਰਮਿਆਂ ਨੂੰ ਇਹ ਭਾਰਤ ਦੀ ਸਰਕਾਰ ਜਾਣ ਬੁੱਝ ਕੇ ਨਿੰਦਦੀ ਏ ਭੰਡਦੀ ਏ ਬਦਨਾਮ ਕਰਦੀ ਏ ਸਾਡੇ ਕਿਸੇ ਵੀ ਸਿੱਖ ਉੱਤੇ ਇਸ ਮੀਡੀਆ ਦਾ ਕੋਈ ਵੀ ਜਿਹੜਾ ਅਸਰ ਆ ਉਹ ਨਹੀਂ ਹੋਣਾ ਚਾਹੀਦਾ ਸਗੋਂ ਸਾਨੂੰ ਸਾਰਿਆਂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਜਿਹੜੇ ਹਿੰਦੂ ਹਾਕਮ ਆ ਉਹ ਅਕਿਰਤ ਘਾਣੇ ਆ ਉਹ ਅਹਿਸਾਨ ਫਰਾਮੋਸ਼ ਆ ਅਤੇ ਉਹ ਨਿਰਦਈ ਆ ਤੁਸੀਂ ਦੇਖੋ ਕਿ ਅਸੀਂ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਕੀਤਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸਾਨੂੰ ਜਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਅਸੀਂ ਜਿਨ੍ਹਾਂ ਦੇ ਮੰਦਿਰ ਬਣਾਏ ਬਚਾਏ ਉਹਨਾਂ ਨੇ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਢਾ ਦਿੱਤਾ ਅਸੀਂ ਇਹਨਾਂ ਦੀਆਂ ਹਿੰਦੂਆਂ ਦੀਆਂ ਬਹੂ ਬੇਟੀਆਂ ਬਚਾਉਂਦੇ ਰਹੇ ਇਹਨਾਂ ਨੇ ਨਵੰਬਰ 1984 ਦੇ ਵਿੱਚ ਸਾਡੀਆਂ ਧੀਆਂ ਭੈਣਾਂ ਦੀ ਜਿਹੜੀ ਪੱਤ ਆ ਉਹ ਰੋਲ ਦਿੱਤੀ ਅਸੀਂ ਇਹਨਾਂ ਦੇ ਧਰਮ ਗ੍ਰੰਥਾਂ ਦੀ ਰਾਖੀ ਕਰਦੇ ਰਹੇ ਪਰ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਨੂੰ ਜਿਹੜੀਆਂ ਅੱਗਾਂ ਆ ਉਹ ਲਾਈਆਂ ਇਹਨਾਂ ਦੇ ਉੱਤੇ ਜਿਹੜਾ ਵਿਸ਼ਵਾਸ ਆ ਉਹ ਨਹੀਂ ਕੀਤਾ ਜਾ ਸਕਦਾ ਬਾਕੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਾਕੀ ਸਾਰੇ ਸਿੰਘਾਂ ਨੂੰ ਜਿਹੜਾ ਆ ਉਹ ਛੇਤੀ ਤੋਂ ਛੇਤੀ ਰਿਹਾਈ ਮਿਲੇ ਸਾਡੇ ਸਿੰਘ ਉਹ ਦੁਬਾਰਾ ਪੰਥ ਅਤੇ ਪੰਜਾਬ ਦੇ ਹੱਕਾਂ ਅਤੇ ਕੌਮ ਦੀ ਆਜ਼ਾਦੀ ਦੇ ਲਈ ਜਿਹੜਾ ਆ ਉਹ ਜੂਝਣ ਇਹਨਾਂ ਸਿੰਘਾਂ ਨੇ ਕੋਈ ਗੁਨਾਹ ਨਹੀਂ ਕੀਤਾ ਖਾਲਿਸਤਾਨ ਦੀ ਮੰਗ ਵੀ ਉਹਨਾਂ ਅਤਿਆਚਾਰਾਂ ਦੀ ਦੇਣ ਆ ਜਿਹੜੇ ਸਾਡੇ ਉੱਤੇ ਕੀਤੇ ਗਏ ਤੇ ਕੀਤੇ ਜਾ ਰਹੇ ਨੇ ਅੱਜ ਵੀ ਜਿਹੜੇ ਸਾਡੇ ਉੱਤੇ ਲਗਾਤਾਰ ਜਿਹੜੇ ਹੋ ਰਹੇ ਨੇ ਤੁਸੀਂ ਦੇਖੋ ਮੈਂ ਥੋੜੇ ਦਿਨ ਪਹਿਲਾਂ ਵੀ ਇਹ ਮੋਰਚੇ ਵਿੱਚ ਇਹ ਗੱਲ ਕੀਤੀ ਸੀ ਕਿ ਭਾਰਤ ਵਿੱਚ 100 ਕਰੋੜ ਹਿੰਦੂ ਆ ਲੇਕਿਨ ਉਹ 100 ਕਰੋੜ ਜਿਹੜਾ ਹਿੰਦੂ ਆ ਉਹ ਆਪਣੇ ਆਪ ਨੂੰ ਇੱਥੇ ਭਾਰਤ ਵਿੱਚ ਖਤਰੇ ਵਿੱਚ ਮਹਿਸੂਸ ਕਰਦਾ ਆ ਹਰ ਰੋਜ਼ ਇਹ ਕਿਹਾ ਜਾਂਦਾ ਆ ਕਿ ਹਿੰਦੂ ਖਤਰੇ ਵਿੱਚ ਆ ਪਰ ਸਿੱਖ ਤਾਂ ਹੈ ਹੀ 2 ਕਰੋੜ ਆ ਫਿਰ 2 ਕਰੋੜ ਜਿਹੜੇ ਸਿੱਖ ਆ ਉਹ ਕਿੱਧਰ ਜਾਣ ਸੋ ਅਸੀਂ ਵੀ ਆਪਣਾ ਰਾਜ ਭਾਗ ਚਾਹੁੰਦੇ ਹਾਂ ਜਿੱਥੇ ਸਾਡਾ ਧਰਮ ਸਾਡੀ ਬੋਲੀ ਸਾਡਾ ਸੱਭਿਆਚਾਰ ਸਾਡਾ ਪਹਿਰਾਵਾ ਸਾਡਾ ਜਿਹੜਾ ਇਸ਼ਟ ਆ ਉਹ ਸੁਰੱਖਿਅਤ ਰਹੇ ਸੋ ਇੰਨੀਆਂ ਕੁ ਬੇਨਤੀਆਂ ਆਪ ਸਮੂਹ ਸੰਗਤਾਂ ਨੇ ਦਾਸ ਵੱਲੋਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।